चंडीगढ़ की धरती का मालिक पंजाब आ, पर पंजाब को कोई पुछदा ही नहीं। वो कहते यूटी है चंडीगढ़ जिहड़ा प्रशासन आ, वह हरियाणे नाल सिद्धे ही सौदे मारी जांदा। पंजाब की साडे आप दे पिंडां दी जमीन आ जिहड़ी सातों खोह लई गई। पंजाब का दरियाई पानिया चो हिस्सा घटन की संभावना बन गई है। इस खबर का एक एक जिहड़ा अखर आ ਉਹ ਸਾਡੇ ਸਾਰਿਆਂ ਦੇ ਫੱਟੀ 'ਚ ਜਿਵੇਂ ਕਿੱਲ ਠੁੱਕਦਾ ਹੁੰਦਾ ਐਂ ਠੁੱਕਣਾ ਚਾਹੀਦਾ। ਕੇਂਦਰ ਸਰਕਾਰ ਨੇ ਇੱਕ ਚਿੱਠੀ ਜਾਰੀ ਕੀਤੀ ਹੈ ਕਿ ਹਿਮਾਚਲ ਪ੍ਰਦੇਸ਼ ਨੂੰ ਪਾਣੀ ਲਈ ਭਾਖੜਾ ਬਿਆਸ ਪ੍ਰਬੰਧਨ ਬੋਰਡ ਜਿਹੜਾ BBMB ਹੈ ਉਹ ਤੋਂ NOC ਦੀ ਹੁਣ ਲੋੜ ਨਹੀਂ ਪੈਣੀ। ਹਿਮਾਚਲ ਪ੍ਰਦੇਸ਼ ਪਹਿਲਾਂ ਹੀ ਭਾਖੜਾ ਨੰਗਲ ਅਤੇ ਬਿਆਸ ਪ੍ਰੋਜੈਕਟਾਂ ਤੋਂ ਜਿਹੜੀ ਬਿਜਲੀ ਪੈਦਾ ਹੁੰਦੀ ਆ ਉਹਦਾ ਆਪਦਾ 7.19% ਹਿੱਸਾ ਸੁਪਰੀਮ ਕੋਰਟ ਰਾਹੀਂ ਲੈ ਚੁੱਕਿਆ। ਪੰਜਾਬ ਦੇ ਪਾਣੀਆਂ ਨੂੰ ਲੁੱਟ ਕੇ ਬੰਜਰ ਬਣਾਉਣ ਦੀ ਜਿਹੜੀ ਸਕੀਮ ਆ ਭਾਰਤ ਸਰਕਾਰ ਦੀ, ਉਹਦੇ ਤਹਿਤ ਇਹ ਸਾਰੇ ਤਕਵੰਜ, ਇਹ ਸਾਰੀਆਂ ਸਾਜ਼ਿਸ਼ਾਂ ਕਿ ਹਿਮਾਚਲ ਨੂੰ ਪਾਣੀ ਦੇ ਦਿਓ, ਹਿਮਾਚਲ ਨੂੰ ਬਿਜਲੀ ਦੇ ਦਿਓ, ਪੰਜਾਬ ਦੀ ਬਿਜਲੀ ਅਤੇ ਪਾਣੀ ਲੁੱਟ ਕੇ ਦਿੱਲੀ ਨੂੰ ਲੈ ਜਾਓ, ਪੰਜਾਬ ਦਾ ਪਾਣੀ ਅਤੇ ਪੰਜਾਬ ਦੇ ਹੋਰ ਸਾਧਨ ਲੁੱਟ ਕੇ ਹਰਿਆਣੇ ਅਤੇ ਰਾਜਸਥਾਨ ਨੂੰ ਦੇ ਦਿਓ, ਪੰਜਾਬ ਨੂੰ ਬੰਜਰ ਬਣਾਓ। ਕਾਂਗਰਸ ਦੇ ਉੱਥੇ ਸੱਤਾ 'ਚ ਆਉਣ ਤੋਂ ਬਾਅਦ ਉਹ ਕਹਿੰਦੇ ਅਸੀਂ ਹਿਮਾਚਲੀਆਂ ਨੂੰ ਇਹ ਜਚਾਉਣਾ ਕਿ ਅਸੀਂ ਤੁਹਾਡੇ ਹਿੱਤਾਂ ਲਈ ਬੜਾ ਕਰਦੇ ਹਾਂ। ਇਵੇਂ BJP ਵਾਲੇ ਰਾਜਸਥਾਨ ਦੇ ਵਿੱਚ ਅਤੇ ਹਰਿਆਣੇ 'ਚ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਨਾਲ ਉਹ ਘੈਂਟ ਹਾਂ, ਦੇਖੋ ਅਸੀਂ ਸਾਡਾ ਪੰਜਾਬ ਤੋਂ ਤੁਹਾਨੂੰ ਪਾਣੀ ਲੈ ਕੇ ਦੇ ਰਹੇ ਹਾਂ। 30 ਜੂਨ ਤੋਂ ਬਾਅਦ ਅਗਲਾ ਆਪਦੇ ਮਤਲਬ ਦਾ ਲਾ ਜਿਹੜਾ ਚੇਅਰਮੈਨ ਆ, ਫਿਰ ਦੇਖਿਓ ਕਿਵੇਂ ਪਟਾਕੇ ਪੈਂਦੇ ਜਿਹੜੇ ਹੁਣ ਤੱਕ ਇੱਥੇ ਚੱਕਰ ਮਾਰਦੇ ਨੇਗੇ ਕਿ ਖਾੜਕੂ ਗਲਤ ਸੀਗੇ, ਉਹਨਾਂ ਨੂੰ ਲੱਗ ਜੂ ਪਤਾ ਕਿ ਭਾਈ ਬਲਵਿੰਦਰ ਸਿੰਘ ਜਟਾਣੇ ਹੋਣਾ ਨੇ ਕਾਹ ਤੋਂ ਇੰਜੀਨੀਅਰ ਠੋਕੇ ਸੀ। ਜਿਹੜੇ ਆਪਦੇ ਆਪ ਨੂੰ ਵਾਲੇ ਚਾਤਰ ਤੇ ਸਿਆਣੇ ਸਮਝਦੇ ਆ ਕਿ ਜੀ ਵੋਟਾਂ ਰਾਹੀਂ ਆਪਾਂ ਫਲਾਨੀ ਸਰਕਾਰ ਬਣਾ ਲਈ, ਉਹਨਾਂ ਨੂੰ ਹੁਣ ਪੁੱਛਿਆ ਕਰਾਂਗੇ ਕਿਉਂਕਿ ਅਸੀਂ ਅਜੇ ਬੈਠੇ ਹਾਂ ਜਿਉਂਦੇ ਜਾਗਦੇ, ਕਿ ਤੁਸੀਂ ਕਹਿੰਦੇ ਸੀ ਖਾੜਕੂ ਬੜੇ ਮਾੜੇ ਆ, ਹੁਣ ਫਿਰ ਪਾਣੀ ਕਿਉਂ ਨਹੀਂ ਪਹੁੰਚਾ ਲੈਂਦੇ ਤੁਸੀਂ। January 23 ਵਿੱਚ ਹਿਮਾਚਲ ਪ੍ਰਦੇਸ਼ ਦੇ ਡਿਪਟੀ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਚੰਡੀਗੜ੍ਹ ਤੇ ਵੀ ਆਪਦਾ 7.19% ਹਿੱਸਾ ਲੈਣ ਦਾ ਦਾਅਵਾ ਕਰ ਚੁੱਕੇ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦਿਨਾਂ ਦੇ ਵਿੱਚ ਸਾਡੀ ਕੌਮ ਘੱਲੂਘਾਰੇ ਦੀ ਯਾਦ ਵਿੱਚ ਸਮਾਗਮ ਕਰ ਰਹੀ ਹੈ। ਜਿਹੜਾ ਮੁੱਖ ਸਮਾਗਮ ਆ ਉਹ 6 ਜੂਨ ਨੂੰ ਹਰ ਸਾਲ ਅਕਾਲ ਤਖ਼ਤ ਸਾਹਿਬ 'ਤੇ ਹੋ ਜਾਂਦਾ। ਉਸ ਤੋਂ ਬਾਅਦ ਵਿੱਚ ਥਾਂ ਥਾਂ ਦੇ ਉੱਤੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਹੁੰਦੇ ਆ ਜਿਹੜੇ ਇਸ ਘੱਲੂਘਾਰੇ ਦੀ ਭੇਂਟ ਚੜ੍ਹੇ ਸੀ। ਸ਼ਹੀਦਾਂ ਦੀ ਯਾਦ ਵਿੱਚ ਥਾਂ ਥਾਂ ਦੇ ਉੱਤੇ ਪਿੰਡਾਂ ਵਿੱਚ ਲਗਾਤਾਰ ਜਿਹੜੇ ਸਮਾਗਮ ਹੋ ਰਹੇ ਨੇ। ਚੰਗੀ ਗੱਲ ਇਹ ਹੈਗੀ ਆ ਕਿ ਦਿਨੋਂ ਦਿਨ ਗਿਣਤੀ ਵੱਧ ਰਹੀ। ਇੱਕ ਵਕਤ ਉਹ ਆਇਆ ਸੀ ਜਦੋਂ ਲੋਕਾਂ ਦੇ ਵਿੱਚ ਇਸ ਗੱਲ ਦੇ ਪ੍ਰਤੀ ਅੱਜ ਵਾਂਗੂ ਮਾਹੌਲ ਨਹੀਂ ਸੀ ਤੇ ਕਈ ਉਦੋਂ ਭਾਣੇ ਵਾਪਰੇ। ਕੁਛ ਕੁ ਦੀ ਚਰਚਾ ਅੱਜ ਦੇ ਇਸ ਪ੍ਰੋਗਰਾਮ ਕਰਾਂਗੇ, ਫਿਰ ਹੋਰ ਮੁੱਦਿਆਂ ਵੱਲ ਜਾਵਾਂਗੇ। ਜਦੋਂ June 84 ਦੇ ਸ਼ਹੀਦਾਂ ਦੀ ਡਾਇਰੈਕਟਰੀ ਲਈ ਮੈਂ ਘਰ ਘਰ ਪਿੰਡ ਪਿੰਡ ਜਾਂਦਾ ਹੁੰਦਾ ਸੀ, ਉਦੋਂ ਕਈ ਇਹੋ ਜਿਹੀਆਂ ਚੀਜ਼ਾਂ ਸਾਡੇ ਸਾਹਮਣੇ ਆਈਆਂ ਕਿ ਕਿਸੇ ਸਿੰਘ ਦਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇਹ ਸੋਚ ਕੇ ਪਾਠ, ਜਿਵੇਂ ਆਪਾਂ ਮਰਿਆਦਾ ਵਾ ਵੀ ਬਾਅਦ ਵਿੱਚ ਕਿਸੇ ਪ੍ਰਾਣੀ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਵਿੱਚ ਅਖੰਡ ਪਾਠ ਸਾਹਿਬ ਜਾਂ ਕਈ ਥਾਂ 'ਤੇ ਸਹਿਜ ਪਾਠ ਸਾਹਿਬ ਕਰਵਾਉਂਦੇ, ਤਾਂ ਉਹ ਜਦੋਂ ਪਾਠ ਆਰੰਭ ਕੀਤਾ ਤਾਂ ਕੁਛ ਸਿੰਘ ਗਏ ਅਤੇ ਕਹਿੰਦੇ ਵੀ ਤੁਹਾਡਾ ਸਿੰਘ ਜਿਹੜਾ ਹੈ ਉਹ ਤਾਂ ਜਿਉਂਦਾ ਹੈ, ਚੜ੍ਹਦੀ ਕਲਾ 'ਚ ਪਾਕਿਸਤਾਨ ਨਿਕਲ ਗਿਆ, ਸੰਤ ਭਿੰਡਰਾਂ ਵਾਲੇ ਵੀ ਨਿਕਲ ਗਏ। ਅਤੇ ਸੰਤ ਭਿੰਡਰਾਂ ਵਾਲਿਆਂ ਦਾ ਨਾਂ ਸੁਣ ਕੇ ਵੀ ਉਹ ਨਿਕਲ ਸਕਦੇ ਆ ਅਤੇ ਸਾਡੇ ਵਾਲਾ ਵੀ ਸਿੰਘ ਫਿਰ ਨਾਲ ਨਿਕਲ ਗਿਆ ਹੋਣਾ, ਬਹੁਤ ਸਾਰੇ ਪਰਿਵਾਰਾਂ ਨੇ ਭੋਗ ਜਿਹੜਾ ਸੀ ਉਹ ਨਹੀਂ ਪਾਇਆ। ਰਿਜ਼ਲਟ ਇਹ ਨਿਕਲਿਆ ਕਿ ਬਾਅਦ ਵਿੱਚ ਖਾੜਕੂ ਲਹਿਰ ਦੌਰਾਨ ਉਹਨਾਂ ਪਰਿਵਾਰਾਂ ਨੂੰ ਪੁਲਿਸ ਦੇ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਕਿ ਪੁਲਿਸ ਅਫਸਰ ਕਹਿੰਦੇ ਸੀ ਵੀ ਜੇ ਤਾਂ ਤੁਹਾਡਾ ਸਿੰਘ ਜਿਹੜਾ ਹੈ ਚੜ੍ਹਾਈ ਕਰ ਗਿਆ, ਤੁਸੀਂ ਉਹਦਾ ਭੋਗ ਕਾਹਤੋਂ ਨਹੀਂ ਪਾਉਂਦੇ, ਅਤੇ ਜੇ ਉਹ ਜਿਉਂਦਾ ਆ ਫਿਰ ਦੱਸੋ ਉਹ ਕਿੱਥੇ ਆ, ਉਹ ਬਾਹਰ ਦਾ ਤੰਗ ਕਰ ਰਿਹਾ ਹੋਣਾ, ਇੱਥੇ ਕਿਸੇ ਹੋਰ ਨਾਂ ਹੇਠ ਵਿਚਰ ਰਿਹਾ ਹੋਣਾ। ਇਸ ਤਰੀਕੇ ਨਾਲ ਬੜੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਕਸ਼ਟ ਭੋਗਣਾ ਪਿਆ। ਤੇ ਇਹ ਵੀ ਗੱਲ ਚੇਤੇ ਰੱਖਣ ਲਾਇਕ ਆ ਕਿ ਜਦੋਂ ਬਾਅਦ ਵਿੱਚ ਖਾੜਕੂ ਸੰਘਰਸ਼ ਦੌਰਾਨ ਬਹੁਤ ਸਾਰੇ ਮਾਪਿਆਂ ਦੇ
ਜਾਂ ਬਹੁਤ ਸਾਰੇ ਪਰਿਵਾਰਾਂ ਦੇ ਜਿਹੜੇ ਮੈਂਬਰ ਸੀ ਉਹ ਚੁੱਕ ਕੇ ਗਾਇਬ ਕਰ ਦਿੱਤੇ। ਡਿਸ ਅਪੀਅਰ ਵਾਲਾ ਜਿਹੜਾ ਕੇਸ ਆ, ਕਿਉਂਕਿ 2000 ਤੋਂ ਵੱਧ ਕੇਸ ਤਾਂ ਭਾਈ ਜਸਵੰਤ ਸਿੰਘ ਖਾਲੜਾ ਨੇ ਹੀ ਲੱਭਤੇ ਸੀ, ਜਿਹੜੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਫੂਕੇ ਗਏ ਸੀ, ਸਿੱਖ ਸਾੜੇ ਗਏ ਸੀ। ਪਰ ਇਹੋ ਜਿਹਾ ਹੈ, ਵਾਹਲੇ ਨਹੀਂ ਤਾਂ 10-15 ਹਜ਼ਾਰ ਤਾਂ ਸਿੱਖ ਹੋਣ ਗਈ, 25 ਹਜ਼ਾਰ ਦਾ ਦਾਅਵਾ ਵੀ ਹੁੰਦਾ ਰਿਹਾ। ਇਹ ਜਿਹੜੇ ਸਾਰੇ ਸਿੱਖ ਸੀ, ਇਹਨਾਂ ਦੇ ਵਾਰਸਾਂ ਨੇ ਬਹੁਤ ਕਸ਼ਟ ਭੋਗਿਆ। ਜਦੋਂ ਕਿਸੇ ਪਰਿਵਾਰ ਦਾ ਕੋਈ ਮੈਂਬਰ ਚੜ੍ਹਾਈ ਕਰ ਜਾਵੇ, ਉਹਦੇ ਬਾਰੇ ਗਰੰਟੀ ਹੋ ਜਾਵੇ ਤੇ ਉਹਦੇ ਜਿਹੜਾ ਹੈਗਾ ਹੱਥੀ ਆਪਾਂ ਸਸਕਾਰ ਕਰ ਲਈਏ, ਫਿਰ ਮਨ ਨੂੰ ਧਰਵਾਸ ਆ ਜਾਂਦਾ ਵੀ ਚਲੋ ਇਹਦੀ ਇੰਨੀ ਲਿਖੀ ਸੀ, ਇਹਨੇ ਇਵੇਂ ਕੌਮ ਦੇ ਲੇਖੇ ਲੱਗਣਾ ਸੀ, ਤੇ ਆਪਾਂ ਜਿਹੜੀਆਂ ਇਹਦੀਆਂ ਅੰਤਿਮ ਰਸਮਾਂ ਨੇ ਉਹ ਕਰ ਲਈਏ। ਪਰ ਜਦੋਂ ਕਿਸੇ ਦੇ ਬਾਰੇ ਪਤਾ ਹੀ ਨਾ ਹੋਵੇ ਵੀ ਉਹ ਜਿਉਂਦਾ ਆ ਕਿ ਉਹ ਚੜ੍ਹਾਈ ਕਰ ਗਿਆ, ਸ਼ਹੀਦ ਹੋ ਗਿਆ, ਉਦੋਂ ਬਹੁਤ ਔਖ ਹੋ ਜਾਂਦੀ। ਇਹੋ ਜਿਹੇ ਬਹੁਤ ਸਾਰੇ ਪਰਿਵਾਰਾਂ ਨੂੰ ਅਸੀਂ ਜਾਣਦੇ ਹਾਂ ਜਿਹੜੇ ਅਜੇ ਵੀ ਇਸ ਆਸ ਵਿੱਚ ਬੈਠੇ ਆ ਕਿ ਸ਼ਾਇਦ ਸਾਡਾ ਸਿੰਘ ਕਿਸੇ ਤਰੀਕੇ ਨਾਲ ਬਚ ਕੇ ਨਿਕਲ ਨਾ ਗਿਆ ਹੋਵੇ। ਇਸ ਤਰੀਕੇ ਦੀ ਗੱਲਬਾਤ ਬਾਰੇ ਸਾਡੇ ਇੱਕ ਸੱਜਣ ਨੇ ਇੱਕ ਕੈਸਟ, ਇੱਕ ਢਾਡੀ ਵਾਰ ਵੀ ਜਿਹੜੀ ਆ ਉਹ ਗਾਈ ਸੀਗੀ, ਵੀ ਜਿਹਦੇ ਵਿੱਚ ਉਹਨੇ ਇਸ ਤਰੀਕੇ ਦੇ ਬੋਲ ਜਿਹੜੇ ਵਰਤੇ ਸੀ ਵੀ ਭਾਈ ਖਾਲੜਾ ਜਿਹੜਾ ਹੈ ਉਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਕਹਿ ਰਿਹਾ ਹੈਗਾ ਵੀ ਆਪਦੇ ਪਰਿਵਾਰਕ ਮੈਂਬਰਾਂ ਦੇ ਭੋਗ ਪਾ ਲਓ ਕਿਉਂਕਿ ਉਹ ਹੁਣ ਆਉਣੇ ਨਹੀਂ। ਪਰ ਦਿਲ ਠਹਿਰਦਾ ਨਹੀਂ ਹੁੰਦਾ। ਬਹੁਤ ਸਾਰੇ ਇਹੋ ਜਿਹੇ ਮਾਮਲੇ ਆ ਜਦੋਂ ਕਈ ਖਾੜਕੂ ਸੰਘਰਸ਼ ਦੇ ਵਿੱਚ ਕਤਲ ਕਰ ਦਿੱਤੇ ਗਏ ਸ਼ਹੀਦ ਹੋਏ ਸਿੰਘਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਪਤਾ ਲੱਗਿਆ ਕਿ ਉਹ ਹੈਗਾ, ਉਹ ਇੱਕ ਅੱਧੇ ਦੇ ਬਚਣ ਦੀ ਖਬਰ ਕਈਆਂ ਦੀ ਆਸ ਫੇਰ ਦੁਬਾਰਾ ਬਣਾ ਦਿੰਦੀ ਆ ਵੀ ਸ਼ਾਇਦ ਸਾਡੇ ਵਾਲਾ ਵੀ ਹੋਵੇ। ਤੇ ਇੱਥੇ ਸਾਡੇ ਸਾਹਮਣੇ ਮੇਰੇ ਨਾਲ ਖੁਦ ਨਾਲ ਵੀ ਇੱਕ ਵਾਰੀ ਇਸੇ ਤਰੀਕੇ ਦੀ ਘਟਨਾ ਵਾਪਰੀ। ਅਸੀਂ ਸਿੱਖ ਸੰਘਰਸ਼ ਦੇ ਸ਼ਹੀਦਾਂ ਬਾਰੇ ਜਾਣਕਾਰੀ ਇਕੱਠੀ ਕਰਕੇ ਛਾਪਦੇ ਕਰਦੇ ਹੁੰਦੇ ਸੀ, ਮੈਗਜ਼ੀਨ ਕੱਢਦੇ ਸੀ, ਖਾਲਸਾ ਫਤਿਹਨਾਮਾ ਉਹਦੇ ਵਿੱਚ ਛਾਪਣੀ ਹੁੰਦੀ ਸੀ। ਤੇ ਕਿਸੇ ਸੱਜਣ ਨੇ ਕਿਹਾ ਕਿ ਮੇਰਾ ਭਰਾ ਸ਼ਹੀਦ ਹੋਇਆ, ਮੈਂ ਅਮਰੀਕਾ 'ਚ ਰਹਿੰਦਾ, ਤੇ ਤੁਸੀਂ ਜੀ ਉਹਦੇ ਬਾਰੇ ਜਾਣਕਾਰੀ ਸਾਰੀ ਇਕੱਠੀ ਕਰਕੇ ਸਾਡੇ ਮੇਰੇ ਭਰਾ ਬਾਰੇ ਵੀ ਮੈਗਜ਼ੀਨ ਵਿੱਚ ਛਾਪੋ। ਪਰ ਜਦੋਂ ਅਸੀਂ ਉਹ ਸਾਰੀ ਜਾਂਚ ਪੜਤਾਲ ਕਰ ਰਹੇ ਸੀ ਤੇ ਸਾਨੂੰ ਪਤਾ ਲੱਗਿਆ ਕਿ ਉਹਦਾ ਜਿਹੜਾ ਭਰਾ ਆ ਉਹ ਇਸ ਮੌਕੇ ਜਿਉਂਦਾ ਜਾਗਦਾ ਆ ਤੇ ਬਟਾਲੇ ਪੁਲਿਸ ਲਾਈਨ ਵਿੱਚ ਪੁਲਿਸ ਦਾ ਟਾਊਟ ਬਣ ਕੇ ਕੈਟ ਬਣ ਕੇ ਰਹਿ ਰਿਹਾ, ਪਰ ਉਹਦੇ ਭਰਾਵਾਂ ਨੂੰ ਉਹਦੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਪਤਾ ਕਿ ਸਾਡਾ ਜਿਹੜਾ ਪਰਿਵਾਰਕ ਮੈਂਬਰ ਆ, ਸਾਡਾ ਭਰਾ ਜਿਹੜਾ ਉਹ ਜਿਉਂਦਾ ਹੈ। ਇਸ ਤਰੀਕੇ ਦੇ ਬਹੁਤ ਘਟਨਾਕ੍ਰਮ ਜਿਹੜੇ ਨੇ ਅਜੀਬੋ ਗਰੀਬ ਇਸ ਲਹਿਰ ਦੇ ਦੌਰਾਨ ਵਾਪਰੇ, ਤੇ ਇਹ ਜਿਹੜੇ ਘਟਨਾਕ੍ਰਮ ਹੁੰਦੇ ਆ ਉਹ ਕਈ ਵਾਰ ਬਹੁਤ ਸਾਰੀਆਂ ਜ਼ਿੰਦਗੀਆਂ ਦੇ ਤਾਣਾ ਪੇਟਾ ਹਿਲਾ ਕੇ ਸਿੱਟ ਜਾਂਦੇ। ਸੋ 1984 ਦੇ ਉਸ ਮਾਹੌਲ ਵਿੱਚ ਤਾਂ ਬਹੁਤ ਜ਼ਿਆਦਾ ਵੱਡੀ ਗਿਣਤੀ ਵਿੱਚ ਇਸ ਤਰੀਕੇ ਦੇ ਘਪਲੇ ਹੋਏ, ਖਾਸ ਤੌਰ ਦੇ ਉੱਤੇ ਜਿਹੜੇ ਲੋਕਾਂ ਨੇ ਸੰਤ ਭਿੰਡਰਾਂ ਵਾਲਿਆਂ ਦੀ ਸ਼ਹੀਦੀ ਨੂੰ ਨਹੀਂ ਮੰਨਿਆ ਤੇ ਅੱਜ ਤੱਕ ਵੀ ਨਹੀਂ ਮੰਨਿਆ, ਉਹਨਾਂ ਨੇ ਇਸ ਤਰੀਕੇ ਦੇ ਝਵੇਲੇ ਬਹੁਤ ਪਾਏ। ਬਹੁਤ ਸਾਰੇ ਹੋਰ ਲੋਕਾਂ ਨੂੰ ਵੀ ਕਹਿ ਦਿੱਤਾ ਕਿ ਤੁਹਾਡਾ ਜਿਹੜਾ ਸਿੰਘ ਆ ਉਹ ਚੜ੍ਹਦੀ ਕਲਾ ਚ ਸੰਤਾਂ ਦੇ ਨਾਲ ਆ। ਸੰਤ ਅਸਲ ਵਿੱਚ ਤਾਂ ਸਾਰੀ ਦੁਨੀਆ ਨੂੰ ਹੀ ਪਤਾ ਹੈ ਕਿ 1984 ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਉੱਥੇ ਉਹ ਭਾਰਤੀ ਹਕੂਮਤ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਨੇ, ਜੂਝ ਕੇ ਸ਼ਹੀਦੀ ਪਾਈ ਆ। ਪਰ ਇਹ ਗੱਲ ਜਿਹੜੀ ਆ ਪਤਾ ਨਹੀਂ ਕਿਉਂ ਸਾਡੀ ਕੌਮ ਦੇ ਵਿੱਚ ਜ਼ਿੱਦ ਕੀਤੀ ਗਈ ਔਰ ਉਹਨਾਂ ਲੋਕਾਂ ਦਾ ਤਾਂ ਕੱਖ ਨਹੀਂ ਗਿਆ, ਉਹ ਤਾਂ ਅੱਜ ਵੀ ਢੋਲੇ ਦੀਆਂ ਲਾਉਂਦੇ ਫਿਰਦੇ ਆ ਜਿਨ੍ਹਾਂ ਨੇ ਇਹ ਗੱਲ ਕਹੀ ਜਾਂ ਜਿਵੇਂ ਕਹੀ। ਪਰ ਜਿਨ੍ਹਾਂ ਲੋਕਾਂ ਦਾ ਇਸ ਗੱਲ ਕਰਕੇ ਨੁਕਸਾਨ ਹੋਇਆ ਉਹ ਬਹੁਤ ਅੱਜ ਤੱਕ ਪਛਤਾਉਂਦੇ ਆ ਕਿ ਇਹ ਕੀ ਸਾਡੇ ਨਾਲ ਹੋਇਆ। ਖੈਰ ਇਸ ਗੱਲ ਨਾਲ ਜਿਹੜੇ ਲੋਕ ਅੱਜ ਵੀ ਕਿਸੇ ਧਾਰਮਿਕ ਖਿਆਲ ਨੂੰ ਜੋੜ ਕੇ ਗੱਲਾਂ ਕਰਦੇ ਕਰਾਉਂਦੇ ਆ, ਉਹਨਾਂ ਨੂੰ ਇਸ ਗੱਲ ਦਾ ਨਾ ਤਾਂ ਅਹਿਸਾਸ ਉਦੋਂ ਸੀ ਤੇ ਨਾ ਅੱਜ ਵਾ। ਉਲਟਾ ਜਦੋਂ ਕੋਈ ਬੰਦਾ ਇਹ ਗੱਲ ਕਹਿੰਦਾ ਕਿ ਇਹ ਝੂਠ ਨਹੀਂ ਸੀ ਬੋਲਣਾ ਚਾਹੀਦਾ ਸਾਡੀ ਕੌਮ ਨੂੰ, ਇਹਦੇ ਕਰਕੇ ਨੁਕਸਾਨ ਹੋਇਆ। ਨੁਕਸਾਨ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਗਿਣਾਈਆਂ ਜਾ ਸਕਦੀਆਂ, ਪਰ ਸਭ ਤੋਂ ਵੱਧ ਨੁਕਸਾਨ ਜਿਹੜਾ ਉਹ ਸਿੱਖ ਸੰਘਰਸ਼ ਦਾ ਹੋਇਆ, ਕਿਉਂਕਿ 1984 ਤੋਂ ਪਹਿਲਾਂ ਇੱਕ ਸਾਂਝੀ ਕਮਾਂਡ ਜਿਹੜੀ ਸੀ
ਉਹ ਸੰਤ ਭਿੰਡਰਾਂ ਵਾਲਿਆਂ ਦੇ ਰੂਪ ਦੇ ਵਿੱਚ ਕੌਮ ਨੂੰ ਮਿਲ ਰਹੀ ਸੀ। ਪਰ 1984 ਤੋਂ ਬਾਅਦ ਇਸ ਗੱਲ ਕਰਕੇ ਸਾਂਝੀ ਕਮਾਂਡ ਨਹੀਂ ਬਣ ਸਕੀ ਕਿ ਸੰਤ ਭਿੰਡਰਾਂ ਵਾਲੇ ਹੈਗੇ। ਤੋ ਸੰਤ ਭਿੰਡਰਾਂ ਵਾਲਿਆਂ ਦਾ ਨਾਂ ਲੈ ਕੇ ਸਾਂਝੀ ਕਮਾਂਡ ਜਿਹੜੀ ਸੀ ਸੰਘਰਸ਼ ਦੀ ਉਹ ਨਹੀਂ ਵੰਡ ਦਿੱਤੀ ਗਈ ਤੇ ਨਤੀਜਾ ਇਹ ਨਿਕਲਿਆ ਕਿ ਜਥੇਬੰਦੀਆਂ ਦੇ ਵਿੱਚ ਪਾਟੋ ਤਾੜ, ਵੈਰ ਵਿਰੋਧ ਤੇ ਕਾਫੀ ਗਲਤ ਜਿਹੜਾ ਸੀ ਮਾਹੌਲ ਉਹ ਫਿਰ ਬਣ ਗਿਆ, ਜਿਹਦੇ ਕਰਕੇ ਕਈ ਘਟਨਾਵਾਂ ਵਾਪਰੀਆਂ। ਇਹਨਾਂ ਦਿਨਾਂ ਦੇ ਵਿੱਚ ਇੱਕ ਜਗਤਾਰ ਭੁੱਲਰ ਦੀ ਕਿਤਾਬ ਜਿਹੜੀ ਆ ਖਾਖੀ ਕਲਮ ਤੇ ਪੁਲਿਸ ਸ਼ਾਇਦ ਇਦਾਂ ਦਾ ਕੁਛ ਉਹਦਾ ਨਾਂ ਹੈ, ਉਹਨੇ ਜਿਹੜੀ ਕਿਤਾਬ ਲਿਖੀ ਆ ਉਹਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਨੌਕਰੀ ਕਰਨ ਵਾਲਿਆਂ ਦਾ ਪੱਤਰਕਾਰਾਂ ਦਾ ਇੰਟਰਵਿਊ ਕਰਕੇ ਉਹਨਾਂ ਦੇ ਬਾਰੇ ਛਾਪਿਆ। ਤੇ ਹੁਣ ਕਿਉਂਕਿ ਯੂਟਿਊਬ ਚੈਨਲਾਂ ਦਾ ਜ਼ਮਾਨਾ, ਉਹਨਾਂ ਹੀ ਪੱਤਰਕਾਰਾਂ ਦੀਆਂ ਯੂਟਿਊਬ ਚੈਨਲਾਂ ਵਾਲੇ ਵੀ ਇੰਟਰਵਿਊਜ਼ ਲੈ ਰਹੇ ਨੇ। ਤੇ ਉਹਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਸਰਬਜੀਤ ਭੰਧੇਰ ਇੱਕ ਬੜਾ ਨਾਮਵਰ ਪੱਤਰਕਾਰ ਹੈ, ਉਹਦੀ ਇੰਟਰਵਿਊ ਬੜੀ ਚਰਚਾ ਚ ਆ, ਜਿਹਦੇ ਵਿੱਚ ਉਹਨੇ 1984 ਤੋਂ ਬਾਅਦ ਦੇ ਮਾਹੌਲ ਬਾਰੇ ਦੱਸਿਆ ਕਿ ਕਿਵੇਂ ਇੱਥੇ ਅੰਮ੍ਰਿਤਸਰ ਦੇ ਇਲਾਕੇ ਵਿੱਚ KPS ਗਿੱਲ ਦੀ ਕਮਾਂਡ ਹੇਠ ਕਿਵੇਂ ਮਨੁੱਖਤਾ ਦਾ ਘਾਣ ਹੋਇਆ, ਕਿਵੇਂ ਕਤਲੇਆਮ ਹੋਏ। ਔਰ ਇਹ ਜਿਹੜੀ ਕਿਤਾਬ ਆ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਲਾਜ਼ਮੀ ਹੋਣਗੀਆਂ ਜਿਹੜੀਆਂ ਸਾਨੂੰ ਸੰਗ ਨਹੀਂ ਆ ਸਕਦੀਆਂ, ਸਾਡੇ ਨਜ਼ਰੀਏ ਤੋਂ ਉਹ ਹੋਰ ਤਰੀਕੇ ਦੀਆਂ ਹੋਣਗੀਆਂ। ਪਰ ਜਿਹੜਾ ਹਕੂਮਤੀ ਦਹਿਸ਼ਤਗਰਦੀ ਦਾ ਨੰਗਾ ਚਿਹਰਾ ਰੂਪ ਆ, ਜਿਸ ਤਰੀਕੇ ਨਾਲ ਪੱਤਰਕਾਰ ਲੋਕਾਂ ਦੀਆਂ ਖਬਰਾਂ ਤਾਂ ਲਾਉਂਦੇ ਆ ਉਹ ਆਪਾਂ ਪੜ੍ਹਦੇ ਹਾਂ, ਪਰ ਜੋ ਪੱਤਰਕਾਰਾਂ ਨੇ ਭੋਗਿਆ ਉਹ ਬਹੁਤ ਅਰਥ ਰੱਖਦਾ। ਇੱਥੇ ਸਾਡੇ ਅਕਾਲੀ ਪੱਤਰਕਾਰ ਵਾਲੇ ਸਰਦਾਰ ਮਹਿੰਦਰ ਸਿੰਘ, ਜਿਨ੍ਹਾਂ ਦਾ ਬੇਟਾ ਇਸ ਸਿੱਖ ਸੰਘਰਸ਼ ਦੇ ਲੇਖੇ ਲੱਗਿਆ, ਦੂਜੇ ਬੇਟੇ ਕੁਲਜਿੰਦਰ ਸਿੱਧੂ ਨੇ ਇੱਥੇ ਜਿਹੜੀ ਸਾਡਾ ਹੱਕ ਫਿਲਮ ਵੀ ਬਣਾਈ ਸੀ। ਸੋ ਸਰਦਾਰ ਮਹਿੰਦਰ ਸਿੰਘ ਆਪ ਬਹੁਤ ਕੁਛ ਝੱਲਿਆ ਉਹਨਾਂ ਨੇ, ਉਹਨਾਂ ਤੇ NSA ਵੀ ਲਾਇਆ ਗਿਆ ਸੀ। ਉਹ ਜਦੋਂ ਇੱਥੇ ਮਿਲਦੇ ਹੁੰਦੇ ਸੀ ਉਹ ਦੱਸਦੇ ਹੁੰਦੇ ਸੀ ਵੀ ਇਕੱਲਾ ਮੈਂ ਨੀ, ਅੰਮ੍ਰਿਤਸਰ ਦੇ ਵਿੱਚ ਹੋਰ ਪੱਤਰਕਾਰਾਂ ਨਾਲ ਵੀ ਬੜੀ ਮਾੜੀ ਜਿਹੜੀ ਆ ਉਸ ਮਾਹੌਲ ਵਿੱਚ ਹੋਈ। ਸਭ ਤੋਂ ਜਿਹੜੀ ਅਹਿਮ ਗੱਲ ਸਰਬਜੀਤ ਸਿੰਘ ਭੰਧੇਰ ਨੇ ਆਖੀ ਆ ਬਈ ਸਾਨੂੰ ਉਹਨਾਂ ਦਿਨਾਂ ਦੇ ਵਿੱਚ ਖਾੜਕੂਆਂ ਤੋਂ ਸਿੱਖ ਜੁਝਾਰੂਆਂ ਤੋਂ ਕੋਈ ਖਤਰਾ ਨਹੀਂ ਸੀ ਹੁੰਦਾ, ਕਿਉਂਕਿ ਸਾਨੂੰ ਯਕੀਨ ਸੀਗਾ ਕਿ ਜੇ ਕੋਈ ਗੱਲ ਹੋ ਵੀ ਗਈ ਤਾਂ ਉਹ ਸਾਨੂੰ ਉਹਦੇ ਲਈ ਪੁੱਛ ਗਿੱਛ ਕਰਨਗੇ ਤੇ ਇਹ ਨਹੀਂ ਕਿ ਠਾਹ ਦੇਣੇ ਆ ਕੇ ਗੋਲੀਆਂ ਨਾਲ ਉਡਾ ਦੇਣਗੇ। ਪਰ ਜਿਹੜੇ ਕੈਟ ਟਾਊਟ ਜਾਂ ਹਕੂਮਤੀ ਜਾਂ ਪੁਲਿਸ ਦੇ ਹਿੱਸੇ ਆ ਉੱਥੇ ਕਿਸੇ ਗੱਲ ਦੀ ਕੋਈ ਗੁੰਜਾਇਸ਼ ਨਹੀਂ, ਅਗਲੇ ਮਿੰਟ ਲਾਉਂਦੇ ਆ ਮਾਰਨ। ਸੋ ਜਿਹੜਾ ਪੱਤਰਕਾਰ ਭਾਈਚਾਰੇ ਨੇ ਇਹ ਇਸ ਕਿਤਾਬ ਦੇ ਰਾਹੀਂ ਸਾਡੀ ਲਹਿਰ ਨੂੰ ਰੈਕੋਗਨਾਈਜ਼ ਕੀਤਾ, ਸਾਰਥਕ ਪੱਖ ਤੋਂ ਦੇਖਿਆ। ਇਵੇਂ ਹੀ ਇੱਕ ਸ਼ਸ਼ੀਕਾਂਤ ਸਾਬਕਾ DGP ਨੇ ਜਦੋਂ ਇਹ ਗੱਲ ਕਹੀ ਸੀ ਕਿ ਖਾੜਕੂਆਂ ਨੇ ਪੰਜਾਬ ਦੇ ਵਿੱਚ ਇੱਕ ਚੁਟਕੀ ਵੀ ਨਸ਼ਾ ਨਹੀਂ ਸੀ ਉਦੋਂ ਵਿਕਣ ਦਿੱਤਾ, ਇਹ ਸਰਟੀਫਿਕੇਟ ਨੇ ਸਾਡੀ ਲਹਿਰ ਨੂੰ ਇੱਕ ਤਰੀਕੇ ਨਾਲ ਮਿਲ ਰਿਹਾ, ਚਾਹੇ ਉਹ ਪ੍ਰੈਸ ਵੱਲੋਂ ਚਾਹੇ ਪੁਲਿਸ ਵੱਲੋਂ। ਸਾਡੀ ਲਹਿਰ ਦਾ, ਸਿੱਖ ਸੰਘਰਸ਼ ਦਾ ਜਿਹੜਾ ਹਾਂ ਪੱਖੀ ਚਿਹਰਾ, ਉਹ ਜੇਕਰ ਸਾਡੀ ਲਹਿਰ ਦੇ ਨਾਲ ਸੰਬੰਧਿਤ ਬੰਦੇ ਹੀ ਗੱਲ ਕਰਨ ਤਾਂ ਹੋਰ ਗੱਲ ਆ, ਪਰ ਜਦੋਂ ਪੱਤਰਕਾਰ, ਪੁਲਿਸਮੈਨ ਜਾਂ ਕੋਈ ਹੋਰ ਗੱਲ ਕਰੇ ਤਾਂ ਉਹਦੇ ਅਰਥ ਹੋਰ ਹੁੰਦੇ। ਪਿਛਲੇ ਦੌਰ ਵਿੱਚ ਬੜੀ ਵੱਡੀ ਗਿਣਤੀ ਵਿੱਚ ਪੈਸਾ ਵੰਡ ਕੇ ਹਕੂਮਤ ਨੇ ਬਹੁਤ ਸਾਰੀਆਂ ਕਿਤਾਬਾਂ, ਲਿਟਰੇਚਰ, ਫਿਲਮਾਂ ਤੇ ਰਾਹੀਂ ਮਾਹੌਲ ਸਿਰਜਣਾ ਚਾਹਿਆ ਕਿ ਲੋਕ ਇਸ ਗੱਲ ਦੇ ਵਿੱਚ ਕਹਿਣ ਕਿ ਖਾੜਕੂ ਮਾੜੇ ਸੀ। ਪਰ ਆ ਵਾਰ ਵਾਰ ਇਹੋ ਜਿਹਾ ਮਾਹੌਲ ਬਣਦਾ ਜਦੋਂ ਕੋਈ ਗੱਲ ਵਾਪਰਦੀ ਆ ਅਚਨਚੇਤ, ਜਿਹਦੇ ਕਰਕੇ ਦੁਬਾਰਾ ਜਿਹੜਾ ਹੈਗਾ ਲੋਕਾਂ ਦੇ ਮਨਾਂ 'ਚ ਵਿਸ਼ਵਾਸ ਪੈਦਾ ਹੁੰਦਾ ਕਿ ਉਹ ਸੂਰਮੇ ਜਿਹੜੇ ਸੀ ਉਹ ਹੱਕ ਸੱਚ ਦੀ ਲੜਾਈ ਲੜਦੇ ਸੀ। ਹਾਲਾਂਕਿ ਇਹਨਾਂ ਦਿਨਾਂ ਦੇ ਵਿੱਚ ਹੀ ਯੂਟਿਊਬ ਚੈਨਲਾਂ ਦੇ ਉੱਤੇ ਬਹੁਤ ਸਾਰੇ ਜਿਹੜੇ ਭੌਂਕਣ ਨੇ ਉਹ ਇਹੋ ਜਿਹੀਆਂ ਜਵਲੀਆਂ ਮਾਰਦੇ ਆ ਕਿ ਜੀ ਇਹ ਜਿਹੜੇ ਖਾੜਕੂ ਸੀ ਇਹਨਾਂ ਨੇ ਘਰ ਭਰ ਲਏ, ਲੁੱਟਾਂ ਖੋਹਾਂ ਕੀਤੀਆਂ, ਇਹਨਾਂ ਨੇ ਤਾਂ ਜੀ ਬੜੇ ਨੋਟ ਕਮਾ ਲਏ, ਇਹਨਾਂ ਨੇ ਜੀ ਬੱਸਾਂ ਗੱਡੀਆਂ ਚੋਂ ਲਾ ਲਾ ਕੇ ਨਜਾਇਜ਼ ਬੇਦੋਸ਼ੇ ਲੋਕ ਜਿਹੜੇ ਆ ਖਾਸ ਤੌਰ ਤੇ ਹਿੰਦੂ ਜਿਹੜੇ ਆ ਕਤਲ ਕੀਤੇ। ਪਰ ਇਹ ਲੋਕ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਆ ਤਾਂ ਉਦੋਂ ਪੈਂਕੀ ਕੈਟ ਵਰਗੇ ਜਾਂ ਹੋਰ ਲੋਕ ਜਿਹੜੇ ਆ ਉਹ ਸੱਚਾਈ ਸਾਹਮਣੇ ਲੈ ਆਉਂਦੇ ਆ ਕਿ ਭਾਈ ਕਿਵੇਂ ਥਾਣਿਆਂ ਦੇ ਵਿੱਚੋਂ ਚਿੱਟੇ ਕੁੜਤੇ ਪਜਾਮੇ ਪਾ ਕੇ, ਪੀਲੇ ਪਰਨੇ ਬੰਨ ਕੇ ਖਾੜਕੂਆਂ ਦੇ ਭੇਸ ਵਿੱਚ ਵਾਰਦਾਤਾਂ ਕਰਨ ਲਈ ਕੈਟ ਟੋਲੇ ਸਰਗਰਮ ਕੀਤੇ ਗਏ ਸੀ। ਉਹਨਾਂ ਦੇ ਵਿੱਚੋਂ ਇੱਕ ਸੰਤੋਖਾ ਕੈਟ ਜਿਹੜਾ ਸੀ ਉਹ ਬੜਾ ਬਦਨਾਮ ਰਿਹਾ, ਜਿਹੜਾ ਇਜ਼ਹਾਰ ਆਲਮ ਜਿਹੜਾ ਕਿ ਬਾਅਦ ਵਿੱਚ
ਬਾਦਲ ਦਲ ਦੇ ਲਈ ਬੜਾ ਜਿਹੜਾ ਪਿਆਰਾ ਉਹਨਾਂ ਦਾ ਲੀਡਰ ਵੀ ਬਣ ਗਿਆ ਸੀ। ਤੇ ਜੇ ਜਾਉਂਦੇ ਰਹਿੰਦੇ ਵੱਡੇ ਬਾਦਲ ਸਾਹਿਬ, ਫਿਰ ਸਰਦਾਰ ਸਮੇਤ ਸਿੰਘ ਸੈਣੀ ਜਿਹੜਾ ਕਿ ਬੜਾ ਬੁੱਚੜ KPS ਗਿੱਲ ਵਾਂਗ ਅਫਸਰ ਆ, ਇਹਨੂੰ ਵੀ ਉਹਨਾਂ ਨੇ ਅਕਾਲੀ ਲੀਡਰ ਬਣਾ ਹੀ ਲੈਣਾ ਸੀਗਾ। ਇਜ਼ਹਾਰ ਆਲਮ ਨੇ ਸੰਤੋਖਾ ਕੈਟ ਪਾਲਿਆ ਸੀ। ਇਸ ਸੰਤੋਖੇ ਕੈਟ ਨੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ, ਅੰਮ੍ਰਿਤਸਰ ਪੂਰੇ ਜ਼ਿਲ੍ਹੇ 'ਚ ਤਰਨ ਤਾਰਨ ਜਿਹੜਾ ਵੱਖਰਾ ਹਣਤਾ ਬਣ ਗਿਆ, ਇਹ ਸਾਰੇ ਇਲਾਕੇ 'ਚ ਬਹੁਤ ਘਾਣ ਕੀਤਾ ਸੀ। ਬਾਅਦ ਵਿੱਚ ਭਾਈ ਬਲਜਿੰਦਰ ਸਿੰਘ ਰਾਜੂ ਹੋਣਾ ਨੇ ਇਸ ਦੁਸ਼ਟ ਨੂੰ ਬਣਦੀ ਸਜ਼ਾ ਦਿੱਤੀ ਤੇ ਇਹਦਾ ਭੋਗ ਪਾਇਆ। ਭਾਈ ਬਲਜਿੰਦਰ ਸਿੰਘ ਰਾਜੂ ਜਿਹਦੇ ਬਾਰੇ ਅੱਜ ਦੇ ਦਿਨ ਗੱਲ ਕਰਨੀ ਬੜੀ ਜ਼ਰੂਰੀ ਆ, ਬਹੁਤ ਘੱਟ ਲੋਕਾਂ ਨੂੰ ਇਸ ਸਿੰਘ ਬਾਰੇ ਪਤਾ ਕਿ 1984 ਤੋਂ ਪਹਿਲਾਂ ਹੀ ਇਹ ਸਿੰਘ ਸਰਗਰਮ ਸੀਗਾ ਤੇ ਇਸ ਸਿੰਘ ਨੇ ਇੱਕ ਆਪਦਾ ਜਿਹੜਾ ਮਿੱਤਰ ਸੀਗਾ ਰਾਜਸਥਾਨ ਦੇ ਵਿੱਚ, ਕਿਉਂਕਿ ਉੱਥੇ ਇਹ ਪਰਿਵਾਰ ਜਿਹੜਾ ਸੀਗਾ ਗੰਗਾਨਗਰ ਦੇ ਵਿੱਚ ਰਹਿੰਦਾ ਸੀਗਾ, ਤੋਂ ਭਾਈ ਬਲਜਿੰਦਰ ਸਿੰਘ ਰਾਜੂ ਆਪਦੇ ਇੱਕ ਮਿੱਤਰ ਨੂੰ ਜਿਹੜਾ ਗਿਆਨ ਜੋਤੀ ਕਾਲਜ ਵਿੱਚ ਉਹਦੇ ਨਾਲ ਪੜ੍ਹਦਾ ਸੀ ਗੰਗਾਨਗਰ ਰਾਜਸਥਾਨ ਵੱਲ, ਉਹਦਾ ਨਾਂ ਸੁਖਦੇਵ ਸਿੰਘ ਸੁੱਖਾ ਸੀ, ਉਹਨੂੰ 1983 ਦੇ ਵਿੱਚ ਦਰਬਾਰ ਸਾਹਿਬ ਲੈ ਕੇ ਆਉਂਦਾ ਤੇ ਸੰਤ ਭਿੰਡਰਾਂ ਵਾਲਿਆਂ ਨੂੰ ਮਿਲਾਉਂਦਾ। ਤੇ ਉਦੋਂ ਕਿਸੇ ਨੂੰ ਚਿੱਤ ਚੇਤਾ ਹੀ ਨਹੀਂ ਸੀਗਾ ਕਿ ਇਹੀ ਭਾਈ ਸੁਖਦੇਵ ਸਿੰਘ ਸੁੱਖਾ ਬਾਅਦ ਵਿੱਚ ਭਾਈ ਹਰਜਿੰਦਰ ਸਿੰਘ ਜਿੰਦੇ ਨਾਲ ਰਲ ਕੇ ਕੌਮ ਦੇ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੀ ਸ਼ਖਸੀਅਤ ਬਣੇਗਾ। ਭਾਈ ਬਲਜਿੰਦਰ ਸਿੰਘ ਰਾਜੂ ਇੱਕ ਪਾਸੇ ਭਾਈ ਸੁਖਦੇਵ ਸਿੰਘ ਸੁੱਖੇ ਦਾ ਕਰੀਬੀ ਮਿੱਤਰ ਸੀ, ਦੋਸਤ ਸੀ, ਦੋਨੇ ਕਾਲਜ ਇਕੱਠੇ ਪੜ੍ਹਦੇ ਸੀ ਰਾਜਸਥਾਨ 'ਚ। ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਗਦਲੀ ਪਿੰਡ ਦੇ ਵਿੱਚ ਜੰਮਿਆ ਹੋਇਆ ਭਾਈ ਹਰਜਿੰਦਰ ਸਿੰਘ ਜਿੰਦਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਆਪਦੇ ਤਰੀਕੇ ਨਾਲ ਸਰਗਰਮ ਸੀ। ਇੱਥੇ ਜਿਵੇਂ ਆਮ ਨੌਜਵਾਨਾਂ ਦੇ ਝਗੜੇ ਝਮੇਲੇ ਹੁੰਦੇ ਆ, ਕਾਲਜੀਏਟ ਹੁੰਡੇ ਖੁੰਡੇ ਲੜਦੇ ਆ, ਉਵੇਂ ਦਾ ਜੀਵਨ ਸੀਗਾ। ਕਿਸੇ ਮਸਲੇ ਦੇ ਵਿੱਚ ਸੰਤਾਂ ਕੋਲੇ ਗੱਲ ਗਈ ਤੇ ਆਪ ਜਿਹੜੀਆਂ ਚਿੱਠੀਆਂ ਜੇਲ੍ਹ ਚੋਂ ਲਿਖੀਆਂ ਨੇ ਭਾਈ ਜਿੰਦੇ ਨੇ ਉੱਥੇ ਦਰਜ ਕੀਤਾ ਕਿ ਮੈਨੂੰ ਬੜਾ ਡਰ ਲੱਗਦਾ ਸੀ ਜਿੱਦਣ ਸਾਨੂੰ ਸੁਨੇਹਾ ਆਇਆ ਵੀ ਆਓ ਇੱਥੇ ਤੁਹਾਨੂੰ ਸੰਤਾਂ ਨੇ ਸੱਦਿਆ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਤੀਰ ਦੀ ਨੋਕ ਨਾਲ ਉਹਨੂੰ ਹਲਕਾ ਜਿਹਾ ਮਾਰਿਆ ਤੇ ਭਾਈ ਜਿੰਦੇ ਨੂੰ ਕਿਹਾ ਕਿ ਤੂੰ ਭਾਈ ਕਿਹੜੇ ਰਾਹ ਤੁਰਿਆ ਹੋਇਆ, ਤੇਰਾ ਰਾਹ ਇਹ ਨਹੀਂ। ਇਹ ਸਾਰੇ ਮਾਹੌਲ ਨੇ ਭਾਈ ਜਿੰਦੇ ਨੂੰ ਜਿਸ ਪਾਸੇ ਤੋਰਿਆ। ਅੱਜ ਉਹ ਸਾਡੀ ਕੌਮ ਦਾ ਨਾਇਕ ਆ, ਹੀਰੋ ਆ, ਅੱਜ ਉਹ ਕੌਮ ਦੇ ਸ਼ਹੀਦਾਂ ਦੇ ਵਿੱਚ, ਉਹਦਾ ਹਰ ਸਾਲ ਇੱਥੇ ਦਰਬਾਰ ਸਾਹਿਬ ਦੇ ਵਿੱਚ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ। ਤੋ ਭਾਈ ਹਰਜਿੰਦਰ ਸਿੰਘ ਜਿੰਦੇ ਦੀ ਰਿਸ਼ਤੇਦਾਰੀ ਸੀਗੀ ਭਾਈ ਬਲਜਿੰਦਰ ਸਿੰਘ ਰਾਜੂ ਨਾਲ, ਤੇ ਭਾਈ ਬਲਜਿੰਦਰ ਸਿੰਘ ਰਾਜੂ ਦਾ ਦੋਸਤ ਸੀ ਭਾਈ ਸੁਖਦੇਵ ਸਿੰਘ ਸੁੱਖਾ। ਜਿਵੇਂ ਕੜਾਹਾ ਹੁੰਦਾ ਨਾ, ਕੜਾਹਾ, ਕੜਾਹੇ ਦੇ ਦੋ ਕੁੰਡੇ ਹੁੰਦੇ ਆ, ਵਿਚਾਲੇ ਜਿਹੜਾ ਥਾਂ ਕੜਾਹੇ ਦਾ ਸਾਰਾ, ਉਹ ਦੋਨਾਂ ਕੁੰਡਿਆਂ ਨੂੰ ਆਪਸ ਵਿੱਚ ਹੀ ਮਿਲਾਉਂਦਾ ਹੈ। ਉਵੇਂ ਭਾਈ ਬਲਜਿੰਦਰ ਸਿੰਘ ਰਾਜੂ ਵਿਚਾਲੇ ਆ ਦੋਨਾਂ ਦੇ, ਭਾਈ ਸੁੱਖੇ ਤੇ ਜਿੰਦੇ। ਇਹ ਦੋਨੇ ਭਾਈ ਜਿਹੜਾ ਹਰਜਿੰਦਰ ਸਿੰਘ ਜਿੰਦਾ ਦਰਬਾਰ ਸਾਹਿਬ ਦੇ ਅਟੈਕ ਤੋਂ ਬਾਅਦ ਵਿੱਚ, ਇੰਦਰਾ ਦੇ ਕਤਲ ਤੋਂ ਪਹਿਲਾਂ, ਦਰਬਾਰ ਸਾਹਿਬ ਦੇ ਹਮਲੇ ਤੋਂ ਫੌਰਨ ਬਾਅਦ ਗੰਗਾਨਗਰ ਇਹਨਾਂ ਕੋਲੇ ਪਹੁੰਚਿਆ। ਉੱਥੇ ਭਾਈ ਸੁੱਖਾ ਤੇ ਭਾਈ ਰਾਜੂ ਤੇ ਭਾਈ ਜਿੰਦਾ ਸਾਰੀ ਰਾਤ ਇੱਕ ਕਮਰੇ ਦੇ ਵਿੱਚ ਬੈਠ ਕੇ ਜਦੋਂ ਆਪਸ ਵਿੱਚ ਹੀ ਸਲਾਹ ਮਸ਼ਵਰਾ ਕਰ ਰਹੇ ਸੀ, ਤਾਂ ਉੱਥੇ ਭਾਈ ਰਾਜੂ ਦੀ ਮਾਤਾ ਆ ਜਾਂਦੀ ਹੈ, ਮਾਤਾ ਸਰਜੀਤ ਕੌਰ, ਜਿਹੜੇ ਇੱਥੇ ਅਕਸਰ ਹੀ ਦਰਬਾਰ ਸਾਹਿਬ ਦੇ ਵਿੱਚ ਸਾਰੀ ਸੰਗਤ ਨੂੰ ਮਿਲਦੇ ਗਿਲਦੇ ਰਹਿੰਦੇ ਆ। ਉਹਨਾਂ ਨੇ ਗੱਲ ਕੀਤੀ ਕਿ ਮੈਨੂੰ ਪਤਾ ਜਿਹੜਾ ਕੁਛ ਤੁਸੀਂ ਇੱਥੇ ਵਿਉਂਤ ਰਹੇ ਹੋ, ਪਰ ਇਹ ਰਾਹ ਇੰਨਾ ਸੌਖਾ ਨਹੀਂ। ਜੇ ਇਸ ਰਾਹ ਤੇ ਤੁਰਨ ਦਾ ਤੁਸੀਂ ਫੈਸਲਾ ਕਰ ਹੀ ਲਿਆ ਤਾਂ ਮੈਂ ਤੁਹਾਡੇ ਲਈ ਅਰਦਾਸ ਕਰਦੀ ਹਾਂ, ਕਿਉਂਕਿ ਉੱਥੇ ਗੁਰੂ ਸਾਹਿਬ ਦਾ ਸਰੂਪ ਉਹਨਾਂ ਦੇ ਘਰ ਵਿੱਚ ਪ੍ਰਕਾਸ਼ ਸੀਗਾ, ਵੀ ਮੈਂ ਹੁਕਮਨਾਮਾ ਲੈ ਕੇ ਅਰਦਾਸ ਕਰਕੇ ਤੁਹਾਨੂੰ ਪੰਥ ਦੇ ਗੁਰੂ ਦੇ ਹਵਾਲੇ ਕਰਦੀ ਹਾਂ। ਪਰ ਅੱਜ ਤੁਹਾਡੇ ਕੋਲੇ ਵਕਤ ਹੈ ਤੇ ਇਸ ਰਾਹ ਦੇ ਉੱਤੇ ਤੁਰਤਾ ਬੰਦਾ ਪੈਂਦਾ ਹੈ, ਪਰ ਇਸ ਰਾਹ ਤੇ ਪੈਰ ਪੈਰ ਤੇ ਕਦਮ ਕਦਮ ਦੇ ਉੱਤੇ ਪਰਖ ਹੋਣੀ ਆ। ਬਹੁਤ ਮਾਤਾ ਨੇ ਕਰੜੇ ਸ਼ਬਦ ਵਰਤ ਕੇ ਉਹਨਾਂ ਲਈ ਅਰਦਾਸ ਬੇਨਤੀ ਖੁਦ ਕੀਤੀ, ਹੁਕਮਨਾਮਾ ਲਿਆ, ਤੇ ਇਹ ਤਿੰਨੇ ਸਿੰਘ ਜਿਹੜੇ ਆ ਫਿਰ ਇੱਥੋਂ ਹਥਿਆਰਾਂ ਦੀ ਟ੍ਰੇਨਿੰਗ ਲਈ ਜਾਂ ਹਥਿਆਰਾਂ ਦੇ ਹਥਿਆਰ ਲੈਣ ਲਈ ਪਾਕਿਸਤਾਨ ਦਾ ਬਾਰਡਰ ਕ੍ਰੋਸ ਕਰਕੇ ਉੱਧਰ ਜਾਂਦੇ ਆ, ਤੇ ਉੱਥੋਂ ਵਾਪਸ ਆ ਕੇ ਜਦੋਂ ਇਹ ਅਜੇ ਸਰਗਰਮੀਆਂ ਦਿੱਲੀ ਦੇ ਵਿੱਚ ਸ਼ੁਰੂ ਕਰਨੀਆਂ ਚਾਹੁੰਦੇ ਆ, ਉਦੋਂ ਪਹਿਲਾਂ ਹੀ ਬੇਅੰਤ ਸਿੰਘ, ਸਤਵੰਤ ਸਿੰਘ ਹੁਣੀ ਇੰਦਰਾਂ ਦਾ ਸੋਧਾ ਲਾ ਦਿੰਦੇ ਆ। ਉਪਰੰਤ ਇਹਨਾਂ ਲਈ ਨਵਾਂ ਜਿਹੜਾ ਹੈਗਾ ਨਿਸ਼ਾਨਾ
ਉਹ ਪੈਦਾ ਹੋ ਗਿਆ ਕਿ ਹੁਣ ਜਿਨ੍ਹਾਂ ਨੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਆ ਉਹਨਾਂ ਨੂੰ ਸੋਧੇ ਲਾਏ ਜਾਣ। ਇਸ ਸਮੇਂ ਭਾਈ ਲਾਭ ਸਿੰਘ ਦੇ ਨਜ਼ਦੀਕੀ ਸਾਥੀਆਂ ਦੇ ਵਿੱਚੋਂ ਬਹੁਤ ਸਾਰੇ ਸਿੰਘ ਜਿਹੜੇ ਸੀ ਪੰਜਾਬ ਦੇ ਵਿੱਚ ਉਹ ਵੀ ਆਰਗੇਨਾਈਜ਼ ਹੋ ਰਹੇ ਸੀਗੇ। ਭਾਈ ਰਣਜੀਤ ਸਿੰਘ ਕੁੱਕੀ, ਭਾਈ ਸੁਖਵਿੰਦਰ ਸਿੰਘ ਸੁੱਖੀ, ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਗੁਰਸ਼ਰਨ ਸਿੰਘ ਗਾਮਾ, ਭਾਈ ਚਰਨੀ ਸਿੰਘ ਚੰਨੀ ਤਲਵੰਡੀ, ਇਹ ਸਾਰਿਆਂ ਨੇ ਰਲ ਮਿਲ ਕੇ ਹੌਲੀ ਹੌਲੀ ਆਪਦੇ ਆਪ ਨੂੰ ਆਰਗੇਨਾਈਜ਼ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਇਹਨਾਂ ਨੂੰ ਭਾਈ ਅਨੋਖ ਸਿੰਘ ਬੱਬਰ ਜਿਹੜੇ ਕਿ ਦਰਬਾਰ ਸਾਹਿਬ ਦੇ ਫੌਜੀ ਹਮਲੇ ਵਿੱਚੋਂ ਬਾਹਰ ਨਿਕਲ ਗਏ ਸੀ ਬਚ ਕੇ ਉਹ ਮਿਲ ਪਏ ਸੀਗੇ। ਉਹਨਾਂ ਕੋਲੇ ਥੋੜਾ ਬਹੁਤਾ ਅਸਲਾ ਸੀਗਾ, ਤੋ ਇਹਨਾਂ ਨੇ ਰਲ ਮਿਲ ਕੇ ਇਹ ਵੀ ਸੋਚਦੇ ਸੀਗੇ ਵੀ ਦਿੱਲੀ ਦੇ ਵਿੱਚ, ਪਰ ਉਹ ਇੰਦਰਾ ਵਾਲਾ ਕੰਮ ਪਹਿਲਾਂ ਹੀ ਹੋ ਗਿਆ ਤੇ ਨਵੇਂ ਜਿਹੜੇ ਟਾਰਗੇਟ ਆ ਉਹ ਸਾਹਮਣੇ ਆ ਗਏ। ਤੋ ਵੈਦਿਆ ਰਹਿੰਦਾ ਸੀਗਾ ਤੇ ਵੈਦਿਆ ਦੀ ਤਿਆਰੀ ਵੀ ਨਾਲ ਦੀ ਨਾਲ ਚੱਲ ਰਹੀ ਸੀ। ਤੋ ਇਹਨਾਂ ਸਿੰਘਾਂ ਨੇ ਸਾਰਿਆਂ ਨੇ ਮਿਲ ਕੇ ਜੋ ਕਾਰਵਾਈਆਂ ਕੀਤੀਆਂ ਉਹਦੇ ਵਿੱਚ ਭਾਈ ਸੁਖਵਿੰਦਰ ਸਿੰਘ ਜਿਹਨੂੰ ਕੇ ਸੀ ਸ਼ਰਮਾ ਕਹਿੰਦੇ ਸੀਗੇ ਉਹ ਸਾਰੇ ਜਾਣੇ ਇੱਥੇ ਅੱਗੇ ਸਰਗਰਮੀਆਂ ਕਰਦੇ ਰਹੇ, ਜਿਹਦੇ ਚ ਭਾਈ ਕਮਰਜੀਤ ਸੁਲਤਾਨ ਵਿੰਡ ਵੀ ਬਾਅਦ ਵਿੱਚ ਆ ਗਿਆ ਜਿਹਨੂੰ ਅੰਮ੍ਰਿਤਸਰ ਕਚਹਿਰੀਆਂ ਚੋਂ ਸਿੰਘਾਂ ਨੇ ਛੁਡਾਇਆ ਸੀ। ਇਹ ਸਾਰੀ ਜਿਹੜੀ ਵਾਰਤਾ ਆ ਇਹਦੇ ਵਿੱਚ ਇਹਨਾਂ ਕਾਰਵਾਈਆਂ ਦੇ ਵਿੱਚ ਭਾਈ ਬਲਜਿੰਦਰ ਸਿੰਘ ਰਾਜੂ ਬਹੁਤ ਹੀ ਜ਼ਿਆਦਾ ਅਹਿਮ ਸਿੰਘ ਸੀਗਾ ਜਿਹੜਾ ਇਸ ਗਰੁੱਪ ਦੇ ਵਿੱਚ, ਕਿਉਂਕਿ ਦਿੱਲੀ ਦਾ ਵੀ ਭੇਤੀ ਸੀ ਤੇ ਗੰਗਾ ਨਗਰ ਰਿਹਾ ਹੁਣ ਕਰਕੇ ਪੰਜਾਬ ਦੇ ਵਿੱਚ ਉਹਦਾ ਉਸ ਤਰੀਕੇ ਦਾ ਲੋਕਾਂ ਨੂੰ ਬਹੁਤਾ ਜ਼ਿਆਦਾ ਪਤਾ ਨਹੀਂ ਸੀ, ਪਰ ਉਸ ਸਿੰਘ ਨੇ ਇਹਨਾਂ ਖਾੜਕੂ ਵਾਰਦਾਤਾਂ ਲਈ ਬਹੁਤ ਵੱਡਾ ਜਿਹੜਾ ਆਧਾਰ ਆ ਉਹ ਤਿਆਰ ਕਰਕੇ ਦਿੱਤਾ। ਤੇ ਇਸ ਸਾਰੇ ਮਸਲੇ ਦੌਰਾਨ ਉਹਦੇ ਪਰਿਵਾਰ ਨੂੰ ਜਦੋਂ ਪੁਲਿਸ ਨੂੰ ਪਤਾ ਲੱਗਿਆ ਬਹੁਤ ਤਸੀਹੇ ਦਿੱਤੇ। ਇਸ ਗਰੁੱਪ ਨੇ ਹੀ ਅਰਜਨ ਦਾਸ, ਲਲਿਤ ਮਾਕਣ ਵਰਗਿਆਂ ਨੂੰ ਸੋਧੇ ਲਾਏ। ਉਪਰੰਤ ਜਦੋਂ ਭਾਈ ਬਲਜਿੰਦਰ ਸਿੰਘ ਰਾਜੂ ਦੇ ਪਰਿਵਾਰ ਨੂੰ ਇੱਥੇ ਵਾਰ ਵਾਰ ਤਸੀਹੇ ਦਿੱਤੇ ਜਾ ਰਹੇ ਸੀ, ਵਾਰ ਵਾਰ ਉਹਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ, ਤਾਂ ਇੱਥੇ ਵਾਰਦਾਤਾਂ ਦੇ ਵਿੱਚ ਸਹੂਲੀਅਤ ਹੋਣ ਤੋਂ ਬਾਅਦ ਵਿੱਚ ਉਹਨਾਂ ਨੂੰ ਹੋਰ ਵੀ ਜ਼ਿਆਦਾ ਪਰਿਵਾਰ ਨੂੰ ਨਿਸ਼ਾਨਾ ਬਣਾਉਂਦੇ ਸੀ। ਤਾਂ ਇਸ ਸਮੇਂ ਦੌਰਾਨ ਕਿਸੇ ਕਾਰਜ ਲਈ ਸਿੰਘਾਂ ਨੇ ਉਹਨੂੰ ਅਮਰੀਕਾ ਭੇਜਤਾ ਉਦੋਂ। ਤੇ ਅਮਰੀਕਾ ਵਿੱਚ ਅੱਜ ਜਦੋਂ ਕੋਈ ਬੰਦਾ ਜਾਂਦਾ ਤੇ ਜਾਣ ਸਾਰ ਪਹਿਲਾਂ ਸਿਆਸੀ ਸ਼ਰਮ ਦੇ ਕਾਗਜ਼ ਬਣਾਉਂਦਾ, ਪਰ ਉਹ ਉੱਥੇ ਜਿਸ ਕਾਰਜ ਲਈ ਗਿਆ ਸੀ ਭਾਈ ਬਲਜਿੰਦਰ ਸਿੰਘ ਰਾਜੂ, ਕਿ ਕਿਸੇ ਤਰੀਕੇ ਨਾਲ ਜਿਹੜੇ ਸੁੱਖੀ ਕੁੱਕੀ ਹੋਣੀ ਜੇਲ੍ਹ 'ਚ ਬੰਦ ਨੇ ਉਹਨਾਂ ਦੀ ਰਿਹਾਈ ਦਾ ਵੀ ਇੰਤਜ਼ਾਮ ਕਰੀਏ, ਪਰ ਜਦੋਂ ਗੱਲ ਨਹੀਂ ਬਣੀ ਉਹ ਵਾਪਸ ਆ ਗਿਆ ਤੇ ਇੱਥੇ ਇਜ਼ਹਾਰ ਆਲਮ ਦੇ ਕੈਟ ਸੰਤੋਖੇ ਕਾਲੇ ਵਰਗਿਆਂ ਦੇ ਸੋਧੇ ਵਿੱਚ ਤੇ ਹੋਰ ਸਿੰਘਾਂ ਦੀਆਂ ਰਿਹਾਈਆਂ ਜਾਂ ਹੋਰ ਮਸਲਿਆਂ ਦੇ ਵਿੱਚ ਸਰਗਰਮ ਹੋ ਰਿਹਾ ਸੀਗਾ। ਤੇ ਨਾਲੇ ਇਹ ਸੋਚਦੇ ਸੀਗੇ ਵੀ ਕਮਰਜੀਤ ਸੁਲਤਾਨ ਵਿੰਡ ਨੂੰ ਮਿਲ ਕੇ ਕਿਹਾ ਵੀ ਆਪਾਂ ਜਿੰਦੇ ਸੁੱਖੇ ਨੂੰ ਛੁਡਾਈਏ ਤੇ ਕਿਸੇ VIP ਨੂੰ ਅਗਵਾ ਕੀਤਾ ਜਾਵੇ, ਸਕੀਮ ਬਣਾ ਰਹੇ ਸੀਗੇ। ਪਰ ਇਸੇ ਦੌਰਾਨ ਕਿਸੇ ਮੁਖਬਰ ਦੀ ਇਤਲਾਹ ਤੇ ਉਹ ਜਿਹੜੇ ਜਲੰਧਰ ਪੁਲਿਸ ਦੇ ਕਾਬੂ ਭਾਈ ਬਲਜਿੰਦਰ ਸਿੰਘ ਰਾਜੂ ਜਿਹੜਾ ਆ ਗਏ, ਜਿੱਥੇ ਸੁਰੇਸ਼ ਅਰੋੜੇ ਨੇ ਬਹੁਤ ਬੇਦਰਦੀ ਨਾਲ ਜ਼ੁਲਮ ਜਿਹੜਾ ਕਰਕੇ ਇਸ ਸਿੰਘ ਨੂੰ ਸ਼ਹੀਦ ਕੀਤਾ। ਇੱਥੇ ਇੱਕ ਬੜੀ ਜ਼ਰੂਰੀ ਗੱਲ ਜਿਹੜੀ ਸਾਂਝੀ ਕਰਨੀ ਬਣਦੀ ਆ ਉਹ ਇਹ ਆ ਕਿ ਜਦੋਂ ਭਾਈ ਬਲਜਿੰਦਰ ਸਿੰਘ ਰਾਜੂ ਉੱਤੇ ਬਹੁਤ ਜ਼ੁਲਮ ਹੋ ਰਿਹਾ ਸੀ ਤਾਂ ਉੱਥੇ ਇੱਕ ਇਹੋ ਜਿਹਾ ਬੰਦਾ ਵੀ ਸੀ ਜਿਹੜਾ ਪਹਿਲਾਂ ਖਾੜਕੂ ਕਾਰਵਾਈਆਂ 'ਚ ਸਰਗਰਮ ਰਿਹਾ ਸੀ, ਪਰ ਉੱਥੇ ਹੁਣ ਉਹ ਪੁਲਿਸ ਦਾ ਕੈਟ ਬਣ ਕੇ ਪੁਲਿਸ ਦੇ ਅਫਸਰਾਂ ਦੇ ਨਾਲ ਖਾਕੀ ਵਰਦੀ ਪੁਲਿਸ ਵਾਲੀ ਪਾ ਕੇ ਜੀਪ ਵਿੱਚ ਜਾਂਦਾ ਸੀ ਜਲੰਧਰ ਤੇ ਅੰਮ੍ਰਿਤਸਰ ਤੇ ਹੋਰਨਾਂ ਸਾਰੇ ਇਲਾਕਿਆਂ ਦੇ ਵਿੱਚ ਜਿਹੜੇ ਸਿੱਖ ਸੰਘਰਸ਼ ਨਾਲ ਸੰਬੰਧਿਤ ਉਹਦੇ ਜਾਣੂ ਸੀ ਉਹਨਾਂ ਦੇ ਬਾਰੇ ਨਿਸ਼ਾਨਦੇਹੀ ਕਰਾਉਣ ਦੇ ਲਈ। ਇੱਕ ਦਿਨ ਅਫਸਰਾਂ ਨੇ ਉਸ ਕੈਟ ਬਣੇ ਹੋਏ ਸਾਬਕਾ ਖਾੜਕੂ ਨੂੰ ਭਾਈ ਬਲਜਿੰਦਰ ਸਿੰਘ ਰਾਜੂ ਕੋਲ ਉਹਨੂੰ ਮਨਾਉਣ ਲਈ ਭੇਜਿਆ ਵੀ ਤੂੰ ਕਾਹਨੂੰ ਇੱਥੇ ਕੁੱਟ ਖਾਈ ਜਾਂਦਾ ਵਾ, ਆਪਾਂ ਰਲ ਮਿਲ ਕੇ ਇਸ ਤਰ੍ਹਾਂ ਕਰਾਂਗੇ, ਆਪਾਂ ਨੂੰ ਇਹ ਬਾਹਰ ਭੇਜ ਦੇਣਗੇ। ਤੇ ਪਰ ਭਾਈ ਬਲਜਿੰਦਰ ਸਿੰਘ ਰਾਜੂ ਨੇ ਉਲਟਾ ਟੁੱਟ ਕੇ ਪੈ ਗਿਆ, ਉਹਨੂੰ ਬਹੁਤ ਜ਼ਿਆਦਾ ਮਾੜਾ ਚੰਗਾ ਬੋਲਿਆ ਵੀ ਤੂੰ ਉਹੀ ਆ ਨਾ ਜਿਹੜਾ ਸਾਡੇ ਨਾਲ ਉਦੋਂ ਸੋਹਾਂ ਖਾਂਦਾ ਰਿਹਾ ਤੇ ਆਪਾਂ ਇਹ ਕਰਾਂਗੇ ਉਹ ਕਰਾਂਗੇ। ਇਸ ਗੱਲ ਦਾ ਨਤੀਜਾ ਇਹ ਨਿਕਲਿਆ ਕਿ ਥੋੜੇ ਦਿਨਾਂ ਬਾਅਦ ਉਹ ਜਿਹੜਾ ਕੈਟ ਬਣਿਆ ਹੋਇਆ ਸੀ ਉਹ ਪੁਲਿਸ ਦਾ ਭਰੋਸਾ ਜਿੱਤ ਚੁੱਕਿਆ ਸੀ, ਪੁਲਿਸ ਪਾਰਟੀ ਉਹਨੂੰ ਲੈ ਕੇ ਜਦੋਂ ਬਾਹਰ ਗਈ ਤਾਂ ਉੱਥੋਂ ਉਹ ਇੱਕਦਮ ਹੱਥਕੜੀ ਸਮੇਤ ਭਗੌੜਾ ਹੋ ਗਿਆ। ਤੇ ਬਾਅਦ ਵਿੱਚ ਉਹਨੇ ਬਾਕੀ ਸਿੰਘਾਂ ਨੂੰ ਦੱਸਿਆ ਕਿ ਉੱਥੇ ਭਾਈ ਬਲਜਿੰਦਰ ਸਿੰਘ ਰਾਜੂ ਉੱਤੇ ਬਹੁਤ ਜ਼ੁਲਮ ਹੋ ਰਿਹਾ, ਆਪਾਂ ਨੂੰ ਛਲਾਉਣਾ ਚਾਹੀਦਾ। ਪਰ ਜਦੋਂ ਪੁਲਿਸੀਆਂ ਨੂੰ ਪਤਾ ਲੱਗਿਆ ਅਫਸਰਾਂ ਨੂੰ ਕਿ ਉਹ ਕੈਟ ਬਣਿਆ ਹੋਇਆ ਜਿਹੜਾ ਸੀਗਾ ਸਿੰਘ ਉਹ ਭਗੌੜਾ ਹੋ ਗਿਆ, ਤਾਂ ਉਹਨਾਂ ਨੇ ਭਾਈ ਬਲਜਿੰਦਰ ਸਿੰਘ ਰਾਜੂ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ। ਤੇ ਉਹ ਜਿਹੜਾ
ਕੈਟ ਸੀਗਾ ਉਹ ਫੇਰ ਦੁਬਾਰਾ ਫੜਿਆ ਗਿਆ ਤੇ ਉਹਨੂੰ ਵੀ ਬਾਅਦ ਵਿੱਚ ਕਤਲ ਜਿਹੜਾ ਸੀਗਾ ਉਹ ਕਰ ਦਿੱਤਾ। ਪਰ ਇਹ ਸਾਰੀ ਗੱਲਬਾਤ ਦਾ ਮੋਟਾ ਜਿਹਾ ਜਿਹੜਾ ਹਿਸਾਬ ਕਿਤਾਬ ਆ ਉਹ ਇਹ ਆ ਕਿ ਭਾਈ ਬਲਜਿੰਦਰ ਸਿੰਘ ਰਾਜੂ ਵਰਗੇ ਸੂਰਮੇ ਅਨੇਕਾਂ ਹੀ ਨੇ ਜਿਨ੍ਹਾਂ ਨੇ 1984 ਤੋਂ ਬਾਅਦ ਆਪਦੀ ਜਵਾਨੀ ਕੌਮ ਦੇ ਲੇਖੇ ਲਾ ਦਿੱਤੀ। ਪਰ ਇਹਨਾਂ ਸਾਰੇ ਯੋਧਿਆਂ ਬਾਰੇ ਸ਼ਹੀਦਾਂ ਬਾਰੇ ਅੱਜ ਸਾਡੇ ਭਾਈਚਾਰੇ ਦੇ ਵਿੱਚ ਅਜੇ ਕੋਈ ਬਹੁਤਾ ਟਾਈਮ ਭਾਵੇਂ ਨਹੀਂ ਹੋਇਆ, ਜਿੰਨੀ ਚਰਚਾ ਹੋਣੀ ਚਾਹੀਦੀ ਸੀ ਓਨੀ ਹੋ ਨਹੀਂ ਰਹੀ, ਕਿਉਂਕਿ ਸਾਨੂੰ ਹੋਰ ਹੀ ਮੁੱਦਿਆਂ ਨੇ ਹੋਰ ਹੀ ਮਸਲਿਆਂ ਨੇ ਘੇਰ ਲਿਆ ਤੇ ਉਹਨਾਂ ਵਿੱਚ ਘਿਰ ਕੇ ਅਸੀਂ ਸੋਸ਼ਲ ਮੀਡੀਆ ਉੱਤੇ ਜਿਹੜੀਆਂ ਯੂਟਿਊਬ ਤੇ ਹੋਰ ਸਵਾਦ ਵਾਲੀਆਂ ਮਨੋਰੰਜਨ ਵਾਲੀਆਂ ਵੀਡੀਓਜ਼ ਆਉਂਦੀਆਂ ਨੇ ਉਹ ਦੇਖਦੇ ਰਹਿ ਜਾਂਦੇ ਆ, ਜਾਂ ਜਿਹੜੀਆਂ ਰੀਲਾਂ ਰੂਲਾਂ ਵਾਲੀਆਂ ਕੁੜੀਆਂ ਨੇ ਉਹਨਾਂ ਦੇ ਨਖਰੇ ਨੁਖਰੇ ਦੇਖੀ ਜਾਂਦੇ ਆ, ਹੋਰ ਹਲਕੀਆਂ ਫੁਲਕੀਆਂ ਜਵਲੀਆਂ ਜਿਹਨਾਂ ਜਿਹੜੀਆਂ ਸਾਡਾ ਦਿਲ ਪਰਚਾਵਾ ਕਰਨ ਅਸੀਂ ਉਹ ਦੇਖੀ ਜਾਂਦੇ ਆ। ਪਰ ਸਾਨੂੰ ਸਾਡੇ ਸੂਰਮਿਆਂ ਬਾਰੇ ਜੇ ਗੱਲ ਸੁਣਨੀ ਪੈ ਜੇ, ਜੇ ਕੋਈ ਉਹੋ ਜਿਹੀ ਗੱਲ ਕਰ ਰਿਹਾ ਹੋਵੇ ਉਦੋਂ ਸਾਨੂੰ ਲੱਗਦਾ ਵੀ ਇਹ ਤਾਂ ਐਵੇਂ ਮਾਰੀ ਜਾਂਦਾ। ਸੋ ਸਾਡੀ ਕੌਮ ਦੇ ਲਈ ਇਹ ਲੋਕ ਆਪਦੀਆਂ ਜਾਨਾਂ ਵਾਰ ਗਏ, ਇਹਨਾਂ ਦੇ ਵੀ ਘਰਾਂ 'ਚ ਇਹਨਾਂ ਦੀ ਲੋੜ ਸੀ, ਇਹਨਾਂ ਦੇ ਵੀ ਮਾਪੇ, ਇਹਨਾਂ ਦੀਆਂ ਵੀ ਘਰ ਵਾਲੀਆਂ, ਇਹਨਾਂ ਦੇ ਵੀ ਪਰਿਵਾਰ, ਬੱਚੇ, ਸਭ ਕੁਛ। ਪਰ ਇਹਨਾਂ ਨੇ ਧਰਮ ਪਿਆਰਾ ਕੀਤਾ, ਇਹਨਾਂ ਲੋਕਾਂ ਦੇ ਖਿਲਾਫ ਕੂੜ ਪ੍ਰਚਾਰ ਕਰਕੇ, ਭੰਡੀ ਪ੍ਰਚਾਰ ਕਰਕੇ ਹਕੂਮਤ ਨੇ ਚਾਹਿਆ ਕਿ ਲੋਕਾਂ ਦੇ ਦਿਲਾਂ 'ਚ ਨਫ਼ਰਤ ਪੈਦਾ ਕੀਤੀ ਜਾਵੇ। ਪਰ ਇਹਨਾਂ ਯੋਧਿਆਂ ਨੇ, ਇਹਨਾਂ ਸ਼ਹੀਦਾਂ ਨੇ ਜੋ ਕਮਾਈ ਇਸ ਸੰਘਰਸ਼ ਦੌਰਾਨ ਕੀਤੀ ਉਹਦੇ ਕਰਕੇ ਹਰਭਜਨ ਲਾਖੇ ਵਰਗੇ ਮੈਂਬਰ ਪਾਰਲੀਮੈਂਟ ਉੱਥੇ ਅਦਾਲਤ ਵਿੱਚ ਪਾਰਲੀਮੈਂਟ ਦੇ ਵਿੱਚ ਕਹਿੰਦੇ ਰਹੇ ਕਿ ਖਾੜਕੂ ਜਿਹੜੇ ਨੇ ਉਹ ਪੰਜਾਬ ਦੀ ਪੰਥ ਦੀ ਅਣਖ ਤੇ ਇੱਜ਼ਤ ਦੀ ਲੜਾਈ ਲੜ ਰਹੇ ਨੇ। ਇਹਨਾਂ ਸੂਰਮਿਆਂ ਨੇ ਸਾਡੇ ਇਤਿਹਾਸ ਨੂੰ, ਸੂਰਮਿਆਂ ਨੇ ਰੰਗਿਆ। ਇਹਨਾਂ ਯੋਧਿਆਂ ਦਾ ਅਸੀਂ ਦੇਣ ਨਹੀਂ ਦੇ ਸਕਦੇ, ਜੇਕਰ ਉਹਨਾਂ ਦੁਸ਼ਟਾਂ ਨੂੰ, ਉਹਨਾਂ ਪਾਪੀਆਂ ਨੂੰ ਇਹ ਸਿੰਘ ਸੋਧੇ ਨਾ ਲਾਉਂਦੇ ਤਾਂ ਅਸੀਂ ਸਿਰ ਚੱਕਣ ਜੋਗੇ ਨਹੀਂ ਸੀ ਰਹਿਣਾ। ਆ ਜਿਹੜੇ ਸਾਡੀਆਂ ਧੀਆਂ ਭੈਣਾਂ ਨੂੰ ਬੇਪੱਤ ਕੀਤਾ, ਗਲਾਂ 'ਚ ਟਾਇਰ ਪਾ ਪਾ ਕੇ ਅੱਗਾਂ ਲਵਾਈਆਂ, ਉਹਨਾਂ ਸਾਰਿਆਂ ਨੂੰ ਕਿਸੇ ਨੂੰ ਵੀ ਭਾਰਤੀ ਹਕੂਮਤ ਨੇ ਨਾ ਸਜ਼ਾ ਦਿੱਤੀ ਆ ਤੇ ਨਾ ਦੇਣੀ ਸੀ। ਜਿੰਨਿਆਂ ਕੁ ਨੂੰ ਇਹਨਾਂ ਸੂਰਮਿਆਂ ਨੇ ਸਜ਼ਾ ਦੇਤੀ, ਜਿਹੜੇ ਬੁੱਚੜ ਤੇ ਜ਼ਾਲਮ ਹੁਲਸੀਏ ਸੀ, ਜਿਨ੍ਹਾਂ ਨੇ ਇੱਥੇ ਮਨੁੱਖਤਾ ਦਾ ਘਾਣ ਕੀਤਾ, ਹਕੂਮਤੀ ਦਹਿਸ਼ਤਗਰਦੀ ਦਾ ਸੰਦ ਬਣੇ, ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਕੜਕਵਾਂ ਵਾਰ ਸਿੰਘਾਂ ਨੇ ਕੀਤਾ ਹੈ, ਉਹਦੇ ਲਈ ਇਹਨਾਂ ਸੂਰਮਿਆਂ ਦੇ ਅਸੀਂ ਵਾਰੇ ਵਾਰੇ ਜਾਂਦੇ ਹਾਂ। ਪਰ ਸਾਡੀ ਕੌਮ ਦੇ ਵਿੱਚ ਇਹ ਬੜੀ ਵੱਡੀ ਘਾਟ ਆਉਂਦੀ ਜਾ ਰਹੀ ਹੈ, ਪੜ੍ਹਨ ਲਿਖਣ ਤੋਂ ਇਨਕਾਰੀ ਹੁੰਦੇ ਜਾ ਰਹੇ ਆ ਤੇ ਗੱਲ ਸੁਣਨ ਦੀ ਬਜਾਏ ਸਾਨੂੰ ਕੁਛ ਹੋਰ ਜਿਹੜੇ ਆ ਚਸਕੇ ਜੇ ਵਾਲੀਆਂ ਗੱਲਾਂ ਉਹਦਾ ਜ਼ਿਆਦਾ ਸਾਨੂੰ ਫਿਕਰ ਹੈ। ਪਰ ਜਿਹੜੀ ਜੰਗ ਇਹਨਾਂ ਸੂਰਮਿਆਂ ਨੇ ਲੜੀ ਉਹਦੇ ਤੋਂ ਜੇ ਆਪਾਂ ਕਹੀਏ ਵੀ ਪਾਸਾ ਵੱਟ ਕੇ ਲੰਘ ਜਾਂਗੇ, ਲੰਘ ਨਹੀਂ ਹੋਣਾ। ਹਾਲਾਤ ਦੁਬਾਰਾ ਤੁਹਾਨੂੰ ਘੇਰ ਕੇ ਲੈ ਆਉਣਗੇ। ਪਹਿਲਾਂ ਕਾਂਗਰਸ ਸੀ, ਹੁਣ ਬੀਜੇਪੀ ਆ ਗਈ ਹੈ ਤੇ ਕੱਲ ਨੂੰ ਕੋਈ ਹੋਰ ਆ ਜਾਏਗਾ। ਤੁਹਾਡੇ ਸਾਹਮਣੇ ਆ ਅੱਜ ਦੇ ਅਜੀਤ ਅਖਬਾਰ ਦੇ ਵਿੱਚ ਇੱਕ ਲੰਬੀ ਚੌੜੀ ਖਬਰ ਲੱਗੀ ਹੋਈ ਹੈ। ਉਹ ਖਬਰ ਬਹੁਤ ਜ਼ਿਆਦਾ ਧਿਆਨ ਮੰਗਦੀ ਹੈ। ਉਹਦਾ ਟਾਈਟਲ ਆ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੇ ਵਿੱਚੋਂ ਹਿੱਸਾ ਜਿਹੜਾ ਹੈਗਾ ਉਹ ਘਟੇਗਾ। ਪੰਜਾਬ ਦਾ ਮਾਲਕ ਜਿਹੜਾ ਪੰਜਾਬ ਆ, ਪਰ ਪੰਜਾਬ ਨੂੰ ਮਾਲਕ ਕਦੇ ਕਿਸੇ ਨੇ ਮੰਨਿਆ ਹੀ ਨਹੀਂ। ਜਿਵੇਂ ਚੰਡੀਗੜ੍ਹ ਦੀ ਧਰਤੀ ਦਾ ਮਾਲਕ ਪੰਜਾਬ ਆ, ਪਰ ਪੰਜਾਬ ਨੂੰ ਕੋਈ ਪੁੱਛਦਾ ਹੀ ਨਹੀਂ। ਉਹ ਕਹਿੰਦੇ ਤਾਂ ਯੂਟੀ ਆ, ਚੰਡੀਗੜ੍ਹ ਜਿਹੜਾ ਪ੍ਰਸ਼ਾਸਨ ਆ ਉਹ ਹਰਿਆਣੇ ਨਾਲ ਸਿੱਧੇ ਹੀ ਸੌਦੇ ਮਾਰੀ ਜਾਂਦਾ। ਪੰਜਾਬ ਦੀ ਸਾਡੇ ਆਪਦੇ ਪਿੰਡਾਂ ਦੀ ਜ਼ਮੀਨ ਆ ਜਿਹੜੀ ਸਾਤੋਂ ਖੋਹ ਲਈ ਗਈ। ਹੁਣ ਖਬਰ ਇਹ ਹੈ ਕਿ ਪੰਜਾਬ ਦਾ ਦਰਿਆਈ ਪਾਣੀਆਂ ਚੋਂ ਹਿੱਸਾ ਘਟਣ ਦੀ ਸੰਭਾਵਨਾ ਬਣ ਗਈ ਆ। ਇਸ ਖਬਰ ਦਾ ਇੱਕ ਇੱਕ ਜਿਹੜਾ ਅੱਖਰ ਆ ਉਹ ਸਾਡੇ ਸਾਰਿਆਂ ਦੇ ਫੱਟੀ 'ਚ ਜਿਵੇਂ ਕਿੱਲ ਠੁੱਕਦਾ ਹੁੰਦਾ ਐਂ ਠੁੱਕਣਾ ਚਾਹੀਦਾ। ਬਹੁਤ ਹੀ ਜ਼ਿਆਦਾ ਅਹਿਮ ਤੇ ਬਹੁਤ ਹੀ ਸੰਵੇਦਨਸ਼ੀਲ ਇਹ ਮੁੱਦਾ ਹੈ ਕਿ ਕੇਂਦਰ ਸਰਕਾਰ ਨੇ ਇੱਕ ਚਿੱਠੀ ਜਾਰੀ ਕੀਤੀ ਹੈ ਕਿ ਹਿਮਾਚਲ ਪ੍ਰਦੇਸ਼ ਨੂੰ ਪਾਣੀ ਲਈ ਭਾਖੜਾ ਬਿਆਸ ਪ੍ਰਬੰਧਨ ਬੋਰਡ ਜਿਹੜਾ BBMB ਹੈ ਉਹ ਤੋਂ NOC ਦੀ ਹੁਣ ਲੋੜ ਨਹੀਂ ਪੈਣੀ। ਡਿਪਟੀ ਡਾਇਰੈਕਟਰ ਮਿਨਿਸਟਰੀ ਆਫ ਪਾਵਰ ਭਾਰਤ ਸਰਕਾਰ ਵੱਲੋਂ ਚੇਅਰਮੈਨ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੂੰ 15 ਮਈ 2023 ਨੂੰ ਇੱਕ ਪੱਤਰ ਲਿਖਿਆ ਗਿਆ, ਪਿਛਲੇ ਮਹੀਨੇ ਦੀ 15 ਤਰੀਕ ਨੂੰ ਲਿਖਿਆ,
ਜਿਸ ਅਨੁਸਾਰ ਭਾਰਤ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਹਿਮਾਚਲ ਪ੍ਰਦੇਸ਼ ਵੱਲੋਂ ਸਮੇਂ ਸਮੇਂ ਉੱਤੇ ਪਾਣੀ ਦੀ ਲੋੜ ਲਈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਜਿਹੜੀ NOC ਇਤਰਾਜ਼ਹੀਣਤਾ ਸਰਟੀਫਿਕੇਟ ਦੀ ਲੋੜ ਪੈਂਦੀ ਆ ਉਹ ਖਤਮ ਕੀਤੀ ਜਾਂਦੀ ਹੈ, ਕਿਉਂਕਿ ਜਿਹੜਾ ਪਾਣੀ ਆ ਜੇਕਰ ਉਹ 7.19% ਤੋਂ ਘੱਟ ਵਰਤਣਾ ਹੋਵੇ ਹਿਮਾਚਲ ਨੇ, ਫਿਰ ਕਹਿੰਦੇ ਕੋਈ ਲੋੜ ਨਹੀਂ। ਇਹ ਜਿਹੜੀ ਘੁੰਡੀ ਆ ਇਹਨੂੰ ਅੱਗੇ ਜਾ ਕੇ ਸਪਸ਼ਟ ਆਪਾਂ ਕਰਦੇ ਹਾਂ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਕੇਵਲ ਤਕਨੀਕੀ ਪੱਖ ਤੋਂ ਹੀ ਆਪਣੀ ਲੋੜ ਟਿੱਪਣੀ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਦਿੱਤੀ ਜਾਣੀ ਹੈ, ਉਹ ਵੀ 60 ਦਿਨ ਦੇ ਅੰਦਰ ਅੰਦਰ। ਇਹ ਪੱਤਰ ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀ ਦੀ ਮਨਜ਼ੂਰੀ ਉਪਰੰਤ ਜਾਰੀ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਪਹਿਲਾਂ ਹੀ ਭਾਖੜਾ ਨੰਗਲ ਅਤੇ ਬਿਆਸ ਪ੍ਰੋਜੈਕਟਾਂ ਤੋਂ ਪੈਦਾ ਹੋ ਰਹੀ ਬਿਜਲੀ ਦਾ 7.19% ਹਿੱਸਾ ਸਰਵਉੱਚ ਅਦਾਲਤ ਰਾਹੀਂ ਲੈ ਚੁੱਕਿਆ। ਸੁਣੋ ਦੁਬਾਰਾ, ਹਿਮਾਚਲ ਪ੍ਰਦੇਸ਼ ਪਹਿਲਾਂ ਹੀ ਭਾਖੜਾ ਨੰਗਲ ਤੇ ਬਿਆਸ ਪ੍ਰੋਜੈਕਟਾਂ ਤੋਂ ਜਿਹੜੀ ਬਿਜਲੀ ਪੈਦਾ ਹੁੰਦੀ ਆ ਉਹਦਾ ਆਪਦਾ 7.19% ਹਿੱਸਾ ਸੁਪਰੀਮ ਕੋਰਟ ਰਾਹੀਂ ਲੈ ਚੁੱਕਿਆ। ਤੇ ਅੱਗੇ ਹੁਣ ਕਿਉਂ ਲੈ ਚੁੱਕਿਆ, ਕਿਉਂਕਿ ਹੁਣ ਤੱਕ ਪਾਣੀਆਂ ਸੰਬੰਧੀ ਹੋਏ ਕਿਸੇ ਵੀ ਸਮਝੌਤੇ ਆਦਿ ਵਿੱਚ ਹਿਮਾਚਲ ਪ੍ਰਦੇਸ਼ ਨੂੰ ਬਿਜਲੀ ਅਤੇ ਪਾਣੀ ਦਾ ਕੋਈ ਹਿੱਸਾ ਨਹੀਂ ਸੀ ਦਿੱਤਾ ਗਿਆ, ਤੇ ਜਦੋਂ ਵੀ ਹਿਮਾਚਲ ਪ੍ਰਦੇਸ਼ ਨੂੰ ਲੋੜ ਪੈਂਦੀ ਸੀ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਵਿੱਚ ਆਪਣਾ ਏਜੰਡਾ ਪਾਸ ਕਰਵਾ ਕੇ ਪੰਜਾਬ, ਹਰਿਆਣਾ ਤੇ ਰਾਜਸਥਾਨ ਮੈਂਬਰਾਂ ਦੀ ਸਹਿਮਤੀ ਨਾਲ NOC ਪ੍ਰਾਪਤ ਕਰ ਲੈਂਦਾ ਸੀ। ਜੇਕਰ ਪਿਛਲੇ ਲੰਮੇ ਅਰਸੇ ਤੋਂ ਪੰਜਾਬ ਦੇ ਦਰਿਆਈ ਪਾਣੀਆਂ ਦੇ ਉੱਤੇ ਪੰਜਾਬ ਦਾ ਹੱਕ ਮੰਨਿਆ ਜਾਂਦਾ ਰਿਹਾ ਹੋਣ ਕਰਕੇ ਹਿਮਾਚਲ ਪ੍ਰਦੇਸ਼ ਨੂੰ ਬਿਜਲੀ ਅਤੇ ਪਾਣੀ ਦੇ ਵਿੱਚ ਕਦੇ ਕੋਈ ਹਿੱਸਾ ਜੇ ਨਹੀਂ ਦਿੱਤਾ ਗਿਆ ਤਾਂ ਇਹ ਤੋਂ ਇਹ ਗੱਲ ਸਪਸ਼ਟ ਵਾ ਕਿ ਬੀਤੇ ਦੌਰ ਦੇ ਵਿੱਚ ਇਸ ਗੱਲ ਦੇ ਉੱਤੇ ਕਾਨੂੰਨੀ ਤੌਰ ਦੇ ਉੱਤੇ ਮੋਹਰ ਲੱਗੀ ਹੋਈ ਸੀ ਕਿ ਹਿਮਾਚਲ ਪ੍ਰਦੇਸ਼ ਦਾ ਇਸ ਪਾਣੀ ਉੱਤੇ ਜਾਂ ਪਾਣੀ ਤੋਂ ਪੈਦਾ ਹੋਣ ਵਾਲੀ ਬਿਜਲੀ ਉੱਤੇ ਕੋਈ ਹੱਕ ਹੀ ਨਹੀਂ ਬਣਦਾ। ਇਹ ਇਸ ਗੱਲ ਦੀ ਗਰੰਟੀ ਹੈ, ਕਿਉਂਕਿ ਜੇ ਉਹਦਾ ਹਿੱਸਾ ਬਣਦਾ ਹੁੰਦਾ ਜਾਂ ਉਹਦਾ ਬਿਜਲੀ ਤੇ ਜਾਂ ਪਾਣੀ ਤੇ ਹਿੱਸਾ ਜੇ ਸਮਝਿਆ ਜਾਂਦਾ ਹੁੰਦਾ ਤਾਂ ਫਿਰ ਉਹ ਬੀਤੇ ਸਮੇਂ ਵਿੱਚ ਉਹਨੂੰ ਲਾਜ਼ਮੀ ਮਿਲਣਾ ਸੀ। ਜੇ ਉਹਨੂੰ ਨਹੀਂ ਮਿਲਦਾ ਸੀ ਤਾਂ ਇਹੀ ਆ ਕਿ ਉਹਦਾ ਹੱਕ ਹੀ ਨਹੀਂ ਮੰਨਿਆ ਜਾਂਦਾ ਸੀ। ਹੁਣ ਕਿਉਂਕਿ ਇਹ ਮਾਹੌਲ ਬਦਲ ਚੁੱਕਿਆ, ਹੁਣ ਦਰਿਆਈ ਪਾਣੀ ਜਾਂ ਪੰਜਾਬ ਦੇ ਪਾਣੀਆਂ ਨੂੰ ਲੁੱਟ ਕੇ ਬੰਜਰ ਬਣਾਉਣ ਦੀ ਜਿਹੜੀ ਸਕੀਮ ਆ ਭਾਰਤ ਸਰਕਾਰ ਦੀ, ਉਹਦੇ ਤਹਿਤ ਇਹ ਸਾਰੇ ਟਕਵੰਜ, ਇਹ ਸਾਰੀਆਂ ਸਾਜ਼ਿਸ਼ਾਂ ਕਿ ਹਿਮਾਚਲ ਨੂੰ ਪਾਣੀ ਦੇ ਦਿਓ, ਹਿਮਾਚਲ ਨੂੰ ਬਿਜਲੀ ਦੇ ਦਿਓ, ਪੰਜਾਬ ਦੀ ਬਿਜਲੀ ਤੇ ਪਾਣੀ ਲੁੱਟ ਕੇ ਦਿੱਲੀ ਨੂੰ ਲੈ ਜਾਓ, ਪੰਜਾਬ ਦਾ ਪਾਣੀ ਤੇ ਪੰਜਾਬ ਦੇ ਹੋਰ ਸਾਧਨ ਲੁੱਟ ਕੇ ਹਰਿਆਣੇ ਤੇ ਰਾਜਸਥਾਨ ਨੂੰ ਦੇ ਦਿਓ, ਪੰਜਾਬ ਨੂੰ ਬੰਜਰ ਬਣਾਉਣਾ। ਇਸ ਪ੍ਰੋਜੈਕਟ ਦੇ ਤਹਿਤ ਹੁਣ ਹਿਮਾਚਲ ਨੂੰ ਆ ਇੱਕ ਨਵਾਂ ਸ਼ੁਰੂ ਕਰ ਦਿੱਤਾ ਹੈ ਕਿ ਜੀ ਹੁਣ ਉਹਨੂੰ ਕੋਈ ਲੋੜ ਨਹੀਂ ਹੈਗੀ ਕੋਈ ਚਿੱਠੀ ਲਿਖ ਕੇ NOC ਲੈਣ ਦੀ, ਪੰਜਾਬ ਤੋਂ ਪੁੱਛਣ ਦੀ ਲੋੜ ਨਹੀਂ, ਪਰ ਤੁਸੀਂ ਪਾਣੀ ਵਰਤੋ ਜਦੋਂ ਮਰਜ਼ੀ ਕਰ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਪਾਣੀ ਵਿਚਲਾ 7.19% ਹਿੱਸਾ ਵੀ ਬਿਜਲੀ ਦੀ ਤਰ੍ਹਾਂ ਪੰਜਾਬ ਅਤੇ ਹਰਿਆਣੇ ਦੇ ਹਿੱਸੇ ਵਿੱਚੋਂ ਹੀ ਕੱਟਣ ਦੀ ਸੰਭਾਵਨਾ ਹੈ, ਕਿਉਂਕਿ ਸਰਵਉੱਚ ਅਦਾਲਤ ਆਪਣੇ 27/9/11 ਦੇ ਫੈਸਲੇ ਵਿੱਚ ਇਸ ਦਾ ਆਧਾਰ ਪੰਜਾਬ ਪੁਨਰਗਠਨ ਐਕਟ 1966 ਅਨੁਸਾਰ ਸੰਯੁਕਤ ਪੰਜਾਬ ਦੀ 7.19% ਆਬਾਦੀ ਇਲਾਕਾ ਹਿਮਾਚਲ ਪ੍ਰਦੇਸ਼ ਨੂੰ ਮਿਲਣਾ ਮੰਨਿਆ ਹੋਇਆ। ਹੁਣ ਜਿਹੜਾ ਜਦੋਂ ਪੰਜਾਬੀ ਸੂਬਾ ਬਣਿਆ 1966 ਚ ਪੰਜਾਬ ਰੀਆਰਗਨਾਈਜੇਸ਼ਨ ਐਕਟ, ਉਹਦੇ ਤਹਿਤ ਹਿਮਾਚਲ ਪ੍ਰਦੇਸ਼ ਨੂੰ 7.19% ਜਿਹੜਾ ਸੀਗਾ ਆਬਾਦੀ ਦੇ ਆਧਾਰ ਤੇ ਰਕਬਾ ਤੇ ਹੋਰ ਸਾਰੀਆਂ ਚੀਜ਼ਾਂ ਮਿਲੀਆਂ ਸੀ, ਉਸੇ ਹਿਸਾਬ ਨਾਲ ਹੁਣ ਆਹ ਬਿਜਲੀ ਤੇ ਪਾਣੀ ਦਾ ਹਿੱਸਾ ਉਹਨੂੰ ਦਿੱਤਾ ਜਾ ਰਿਹਾ। ਸੂਤਰਾਂ ਅਨੁਸਾਰ ਹੁਣ ਤੱਕ ਭਾਖੜਾ ਬਿਆਸ ਮੈਨੇਜਮੈਂਟ ਵੱਲੋਂ ਕੁੱਲ 16 ਵਾਰ ਹਿਮਾਚਲ ਪ੍ਰਦੇਸ਼ ਨੂੰ ਕੁੱਲ 358 ਕਿਊਸਕ ਪਾਣੀ ਦੀ NOC ਦਿੱਤੀ ਜਾ ਚੁੱਕੀ ਹੈ। ਮੌਜੂਦਾ ਸਮੇਂ ਲਗਭਗ 500 ਕਿਊਸਕ ਪਾਣੀ ਹੋਰ ਲੈਣ ਲਈ ਕੇਸ ਮੁੜ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਭੇਜਿਆ ਗਿਆ। ਇਸ ਦੇ ਇਲਾਵਾ ਪੰਜਾਬ ਵੱਲੋਂ ਸ਼ਾਹ ਨਹਿਰ ਹੈੱਡਵਰਕਸ ਰਾਹੀਂ ਵੀ ਹਿਮਾਚਲ ਪ੍ਰਦੇਸ਼ ਨੂੰ ਪਾਣੀ ਲੈਫਟ ਬੈਂਕ ਕਨਾਲ ਰਾਹੀਂ ਅਤੇ ਰਾਈਟ ਬੈਂਕ ਕਨਾਲ ਰਾਹੀਂ ਦਿੱਤਾ ਜਾ ਰਿਹਾ। ਜਾਣਕਾਰੀ ਅਨੁਸਾਰ ਪੰਜਾਬ ਸਮੇਤ ਬਾਕੀ ਸੂਬਿਆਂ ਵੱਲੋਂ ਹਿਮਾਚਲ ਪ੍ਰਦੇਸ਼ ਦੇ ਇਹਨਾਂ ਏਜੰਡਿਆਂ ਰਾਹੀਂ ਵਾਰ ਵਾਰ NOC ਮੰਗਣ ਦਾ ਵਿਰੋਧ ਕੀਤਾ ਜਾਣ ਲੱਗਾ, ਪਰ ਹਿਮਾਚਲ ਪ੍ਰਦੇਸ਼ ਵੱਲੋਂ ਨਵੀਂ ਜਿਹੜੀ ਕਾਂਗਰਸ ਦੀ ਉੱਥੇ ਸਰਕਾਰ ਬਣੀ ਆ ਉਹਦੇ ਆਉਣ ਮਗਰੋਂ ਪਾਣੀਆਂ ਤੇ ਹੋਰ ਅੰਤਰਰਾਜੀ ਮਾਮਲਿਆਂ ਸੰਬੰਧੀ ਆਪਣੀ ਪੋਜੀਸ਼ਨ ਸਖ਼ਤ ਕਰ ਲਈ ਗਈ ਹੈ।
ਹੁਣ ਪੰਜਾਬ ਲਈ ਅਗਲੇ ਦਿਨਾਂ ਚ ਹਿਮਾਚਲ ਪ੍ਰਦੇਸ਼ ਉਵੇਂ ਸਿਆਪੇ ਖੜੇ ਕਰੂਗਾ ਜਿਵੇਂ ਪਹਿਲਾਂ ਰਾਜਸਥਾਨ ਤੇ ਹਰਿਆਣੇ ਨੇ ਖੜੇ ਕੀਤੇ ਹੋਏ ਨੇ, ਕਿਉਂਕਿ ਕਾਂਗਰਸ ਦੇ ਉੱਥੇ ਸੱਤਾ ਚ ਆਉਣ ਤੋਂ ਬਾਅਦ ਉਹ ਕਹਿੰਦੇ ਅਸੀਂ ਹਿਮਾਚਲੀਆਂ ਨੂੰ ਜਿਤਾਉਣਾ, ਜਿਤਾਉਣਾ ਤੋਂ ਭਾਵ ਜਚਾਉਣਾ, ਇਹ ਜਚਾਉਣਾ ਕਿ ਅਸੀਂ ਤੁਹਾਡੇ ਹਿੱਤਾਂ ਲਈ ਬੜਾ ਕਰਦੇ ਹਾਂ। ਇਵੇਂ ਬੀਜੇਪੀ ਵਾਲੇ ਰਾਜਸਥਾਨ ਦੇ ਵਿੱਚ ਤੇ ਹਰਿਆਣੇ ਚ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਨਾਲ ਉਹ ਘੈਂਟ ਆ, ਦੇਖੋ ਅਸੀਂ ਸਾਡਾ ਪੰਜਾਬ ਤੋਂ ਤੁਹਾਨੂੰ ਪਾਣੀ ਲੈ ਕੇ ਦੇ ਰਹੇ ਹਾਂ। ਸੋ ਪੰਜਾਬ ਦਾ ਪਾਣੀ ਲੁੱਟ ਕੇ ਹਿਮਾਚਲ, ਰਾਜਸਥਾਨ ਤੇ ਹਰਿਆਣੇ ਦੇ ਵਿੱਚ ਆਪਦੇ ਸਿਆਸੀ ਪੈਰ ਮਜ਼ਬੂਤ ਕਰਨ ਦੇ ਲਈ ਇਹ ਸਾਰੇ ਸਖ਼ਤ ਪੁਜੀਸ਼ਨਾਂ ਕਰਨਗੇ। ਤੇ ਪੰਜਾਬ ਦੇ ਸਿਆਸੀ ਭਲਵਾਨਾਂ ਬਾਰੇ ਆਪਾਂ ਕੱਲ ਗੱਲ ਕਰ ਚੁੱਕੇ ਹਾਂ ਵੀ ਕਿਸੇ ਤੋਂ ਕੋਈ ਆਸ ਹੀ ਨਹੀਂ, ਨਾ ਪੰਜਾਬ ਦੇ ਕਾਂਗਰਸੀ ਲੀਡਰ, ਨਾ ਪੰਜਾਬ ਦੇ ਭਾਜਪਾ ਵਾਲੇ ਲੀਡਰ ਤੇ ਅਕਾਲੀ ਲੀਡਰਾਂ ਤੋਂ ਕਿਸੇ ਤੋਂ ਕੋਈ ਆਸ ਨਹੀਂ। ਇਸ ਪੁਜੀਸ਼ਨ ਤਹਿਤ ਹਿਮਾਚਲ ਪ੍ਰਦੇਸ਼ ਵੱਲੋਂ ਵਾਟਰ ਸੈਸ ਸੰਬੰਧੀ ਐਕਟ ਪਾਸ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੌਜੂਦਾ ਚੇਅਰਮੈਨ ਦਾ ਕਾਰਜਕਾਲ 30 ਜੂਨ 2023 ਨੂੰ ਸਮਾਪਤ ਹੋਣ ਜਾ ਰਿਹਾ। ਇਸ ਕਰਕੇ ਭਾਖੜਾ ਬਿਆਸ ਮੈਨੇਜਮੈਂਟ ਵੱਲੋਂ ਕੋਈ ਵੀ ਸਪਸ਼ਟ ਸਟੈਂਡ ਲੈਣ ਦੀ ਹਜੇ ਤਾਂ ਸੰਭਾਵਨਾ ਘੱਟ ਆ। 30 ਜੂਨ ਤੋਂ ਬਾਅਦ ਅਗਲਾ ਆਪਦੇ ਮਤਲਬ ਦਾ ਲਾ ਲੈਣਗੇ ਜਿਹੜਾ ਚੇਅਰਮੈਨ ਆ, ਫਿਰ ਦੇਖਿਓ ਕਿਵੇਂ ਪਟਾਕੇ ਪੈਂਦੇ, ਜਿਹੜੇ ਹੁਣ ਤੱਕ ਇੱਥੇ ਚੱਕਰ ਮਾਰਦੇ ਨੇਗੇ ਕਿ ਖਾੜਕੂ ਗਲਤ ਸੀਗੇ, ਉਹਨਾਂ ਨੂੰ ਲੱਗ ਜੂ ਪਤਾ ਕਿ ਭਾਈ ਬਲਵਿੰਦਰ ਸਿੰਘ ਜਟਾਣੇ ਹੋਣਾ ਨੇ ਕਾਹ ਤੋਂ ਇੰਜੀਨੀਅਰ ਠੋਕੇ ਸੀ ਤੇ ਕਾਹ ਤੋਂ ਭਾਈ ਲਾਭ ਸਿੰਘ ਹੋਣਾ ਨੇ ਉੱਥੇ ਜਿਹੜਾ ਰੋਪੜ ਦੇ ਵਿੱਚ ਜਾ ਕੇ ਮਝਾਤ ਪਿੰਡ ਕੋਲੇ ਉੱਥੇ ਮਾਰਦਾਤ ਕੀਤੀ ਸੀ, ਕਿਵੇਂ ਪੰਜਾਬ ਦੇ ਪਾਣੀ ਖਾੜਕੂਆਂ ਨੇ ਰੁਕੇ। ਹੁਣ ਸਮਝ ਲੱਗੂਗੀ ਜਿਹੜੇ ਆਪਦੇ ਆਪ ਨੂੰ ਬਾਹਲੇ ਚਾਤਰ ਤੇ ਸਿਆਣੇ ਸਮਝਦੇ ਆ ਕਿ ਜੀ ਵੋਟਾਂ ਰਾਹੀਂ ਆਪਾਂ ਫਲਾਨੀ ਸਰਕਾਰ ਬਣਾ ਲਈ, ਉਹਨਾਂ ਨੂੰ ਹੁਣ ਪੁੱਛਿਆ ਕਰਾਂਗੇ ਕਿਉਂਕਿ ਅਸੀਂ ਅਜੇ ਬੈਠੇ ਹਾਂ ਜਿਉਂਦੇ ਜਾਗਦੇ ਕਿ ਤੁਸੀਂ ਕਹਿੰਦੇ ਸੀ ਖਾੜਕੂ ਬੜੇ ਮਾੜੇ ਆ, ਹੁਣ ਫਿਰ ਪਾਣੀ ਕਿਉਂ ਨਹੀਂ ਬਚਾ ਲੈਂਦੇ, ਤੁਸੀਂ ਬਚਾਓ ਪਾਣੀ। ਹੁਣ ਤੁਸੀਂ ਤਾਂ ਕਹਿੰਦੇ ਸੀ ਜੀ ਗੱਲਬਾਤ ਰਾਹੀਂ ਮਸਲੇ ਹੱਲ ਕਰਾਂਗੇ, ਗੱਲਬਾਤ ਰਾਹੀਂ ਕਰ ਲਓ ਕੀ ਮਿਲਦਾ ਤੁਹਾਨੂੰ। ਦੱਸਣਯੋਗ ਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੌਜੂਦਾ ਚੇਅਰਮੈਨ ਦਾ ਕਾਰਜਕਾਲ 30 ਜੂਨ ਨੂੰ ਖਤਮ ਹੋਣਾ ਹੈ, ਇਸ ਕਰਕੇ ਅਜੇ ਤਾਂ ਜਿਹੜਾ ਕੋਈ ਸਪਸ਼ਟ ਸਟੈਂਡ ਨਹੀਂ ਲੈਣਗੇ। ਰਾਜਸਥਾਨ ਨੂੰ ਇਸ ਫੈਸਲੇ ਨਾਲ ਕੋਈ ਖਾਸ ਫਰਕ ਨਹੀਂ ਪੈਣਾ। ਹਰਿਆਣਾ ਤੇ ਹਿਮਾਚਲ ਵੱਲੋਂ ਅੰਦਰ ਖਾਤੇ ਸਤਲੁਜ ਦਾ ਪਾਣੀ ਪੰਜਾਬ ਨੂੰ ਬਾਈਪਾਸ ਕਰਕੇ ਹਰਿਆਣੇ ਨੂੰ ਦੇਣ ਦੀਆਂ ਖਬਰਾਂ ਪਿਛਲੇ ਦਿਨਾਂ ਵਿੱਚ ਕਾਫੀ ਚਰਚਾ 'ਚ ਰਹੀਆਂ ਨੇ। ਇਹਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਜੋਗਿੰਦਰ ਨਗਰ ਵਿੱਚ ਜਿਹੜਾ PSPL ਦੇ ਸਾਲਨ ਵਾਟਰ ਪ੍ਰੋਜੈਕਟ ਨੂੰ 99 ਵਰੇ ਉਹਦਾ ਲੀਜ ਖਤਮ ਹੋਣ ਲੱਗੀ ਆ, ਉੱਥੇ ਵੀ ਹਿਮਾਚਲ ਪ੍ਰਦੇਸ਼ ਨੇ ਅੜਿੰਗਾ ਲਾ ਛੱਡਿਆ। ਆਪਾਂ ਪਿਛਲੇ ਦਿਨ ਚਰਚਾ ਉੱਥੇ ਕਰ ਚੁੱਕੇ ਹਾਂ, ਸਾਲਨ ਪਾਵਰ ਪਲਾਂਟ ਦੇ ਉੱਤੇ ਉੱਥੋਂ ਬਿਜਲੀ ਪੈਦਾ ਕਰਦੇ ਹਾਂ, ਉਹ ਵੀ ਪੰਜਾਬ ਦੇ ਹੱਥੋਂ ਜ਼ਿਆਦਾ ਦਿਖ ਰਿਹਾ ਤੇ ਹਿਮਾਚਲ ਪ੍ਰਦੇਸ਼ ਜਿਹੜਾ ਹੈ ਉਹ ਆਪਦੇ ਹੱਥਾਂ 'ਚ ਲੈ ਲਏਗਾ ਜਿਹੜਾ ਸਾਲਨ ਪਾਵਰ ਪ੍ਰੋਜੈਕਟ ਵਾ, ਕੇਂਦਰ ਸਰਕਾਰ ਵਿੱਚ ਆ ਜਾਊਗੀ ਤੇ ਪੰਜਾਬ ਦਾ ਜਿਹੜਾ ਖਰਚਾ ਹੁਣ ਤੱਕ ਉਹ ਤੇ ਹੋਇਆ, ਆਪਾਂ ਉੱਥੇ ਕਰੋੜਾਂ ਰੁਪਈਏ ਖਰਚੀ ਬੈਠੇ ਹਾਂ, ਉਹ ਵੀ ਹੱਥੋਂ ਚੱਲਿਆ। ਇਹ ਤੋਂ ਪਹਿਲਾਂ ਜਨਵਰੀ 23 ਵਿੱਚ ਹਿਮਾਚਲ ਪ੍ਰਦੇਸ਼ ਦੇ ਡਿਪਟੀ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਚੰਡੀਗੜ੍ਹ ਤੇ ਵੀ ਆਪਦਾ 7.19% ਹਿੱਸਾ ਲੈਣ ਦਾ ਦਾਅਵਾ ਕਰ ਚੁੱਕੇ। ਹਰਿਆਣਾ ਤਾਂ ਕਰਦਾ ਹੀ ਕਰਦਾ ਸੀ, ਹਿਮਾਚਲ ਪ੍ਰਦੇਸ਼ ਵਾਲੇ ਵੀ ਕਹਿੰਦੇ ਆ ਸਾਨੂੰ ਚੰਡੀਗੜ੍ਹ ਦੇ। ਹੁਣ ਦੇਖਣਾ ਇਹ ਹੋਏਗਾ ਕਿ ਦਰਿਆਈ ਪਾਣੀਆਂ ਦੇ ਮਾਮਲੇ ਤੇ ਪੰਜਾਬ ਸਰਕਾਰ ਕੀ ਰਾਹ ਅਖਤਿਆਰ ਕਰਦੀ ਆ, ਕਿਉਂਕਿ ਉਕਤ ਪੱਤਰ ਦੀ ਕਾਪੀ ਭਾਰਤ ਸਰਕਾਰ ਵੱਲੋਂ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਨੂੰ ਜਾਰੀ ਕਰ ਦਿੱਤੀ ਗਈ ਹੈ। ਹੁਣ ਗੱਲ ਇਹ ਹੈ ਕਿ ਜਿਹੜੀ ਇਹ ਸ਼ਤਰੰਜ ਵਾ ਇਹਦੇ ਵਿੱਚ ਇੱਕ ਪਾਸੇ ਹੈਗਾ ਪੰਜਾਬ ਜਿਹਨੂੰ ਲੁੱਟਿਆ ਜਾ ਰਿਹਾ, ਦੂਜੇ ਪਾਸੇ ਹਰਿਆਣਾ, ਹਿਮਾਚਲ ਤੇ ਰਾਜਸਥਾਨ, ਉੱਥੇ ਕੋਈ ਵੀ ਪਾਰਟੀ ਹੋਵੇ ਸਰਕਾਰ, ਕੋਈ ਵੀ ਉੱਥੇ ਸੱਤਾ 'ਚ ਹੋਵੇ ਤੇ ਇਹਨਾਂ ਸਾਰਿਆਂ ਦੇ ਸਿਰ ਦੇ ਉੱਤੇ ਖੜਾ ਕੇਂਦਰ, ਕੇਂਦਰ ਦੇ ਵਿੱਚ ਜਿਹੜੀ ਭਾਜਪਾ ਦੀ ਸਰਕਾਰ ਆ ਉਹਦੇ ਸਾਹਮਣੇ ਨਾ ਭਗਵੰਤ ਮਾਨ ਨੂੰ ਅਕਲ ਆ ਤੇ ਨਾ ਇਹਨਾਂ ਦੇ ਕਿਸੇ ਆਗੂ ਵਿੱਚ ਇੰਨੀ ਜ਼ੁਰਤ ਵਾ ਕਿ ਉਹ ਠੋਕ ਵਜਾ ਕੇ ਉਹਨਾਂ ਦਾ ਅੰਕੜੇ ਜੇ ਨਹੀਂ ਸਮਝ ਲੱਗਣੇ ਵੀ ਕਿਹਨੇ ਕੀ ਕੀਤਾ। ਭਗਵੰਤ ਮਾਨ ਜਾਂ ਉਹਦੇ ਕਿਸੇ ਵੀ ਵਿਧਾਇਕ ਨੂੰ, ਮੰਤਰੀ ਨੂੰ, ਜਿਹੜੇ ਉਹਨਾਂ ਦੇ ਬਿਊਰੋਕਰੇਟਸ ਅਫਸਰ ਨੇ, ਸਕੱਤਰ ਵਗੈਰਾ, ਉਹ ਜੋ ਉਹਨਾਂ ਤੋਂ ਮਰਜ਼ੀ ਗੜਬੜ ਕਰਵਾ ਸਕਦੇ। ਪਹਿਲਾਂ ਅਕਾਲੀਆਂ ਤੋਂ ਵੀ ਇਹੋ ਜਿਹੀਆਂ ਗੜਬੜਾਂ ਬੜੀਆਂ ਕਰਾਈਆਂ ਨੇ। ਆ ਜਿਹੜੇ ਬਾਦਲ ਹੁਣੀ ਪਿੱਟਦੇ ਫਿਰਦੇ ਆ ਹੁਣ ਵੀ ਸਾਨੂੰ ਜੀ ਸੱਤਾ ਮਿਲ ਜੇ ਤਾਂ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਇਹਨਾਂ ਦੀਆਂ ਲਿਖੀਆਂ ਹੋਈਆਂ ਇਹੋ ਜਿਹੀਆਂ ਬੜੀਆਂ ਚਿੱਠੀਆਂ ਨੇ। ਆ ਕੱਲ ਪਰਸੋਂ ਭਗਵੰਤ ਮਾਨ ਇੱਕ ਖੋਲੀ ਬੈਠਾ ਸੀ ਚਿੱਠੀ, ਜਿਹਦੇ ਬਾਰੇ ਹੁਣ ਬਾਅਦ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਸਪਸ਼ਟੀਕਰਨ ਵੀ ਦਿੰਦਾ ਫਿਰਦਾ ਕਿ ਨਹੀਂ ਜੀ ਵੱਡੇ ਬਾਦਲ ਨੇ ਉਹ ਚਿੱਠੀ ਇਉਂ ਨਹੀਂ ਇਉਂ ਕੀਤੀ ਸੀ। ਉਹ ਚਿੱਠੀ ਕੀ ਸੀ ਕਿ ਪੰਜਾਬ ਦੀ ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਆ ਇਹਨੂੰ ਕੇਂਦਰੀ ਯੂਨੀਵਰਸਿਟੀ ਦੇ ਰੂਪ ਦੇ ਵਿੱਚ ਕੇਂਦਰ ਦੇ ਹਵਾਲੇ ਕਰਨ ਦੀਆਂ ਚਿੱਠੀਆਂ ਸੀ। ਸੋ ਬੀਤੇ ਦੌਰ ਦੇ ਵਿੱਚ ਬੜੇ ਫੈਸਲੇ ਪੰਜਾਬ ਦੀ ਬਿਊਰੋਕਰੇਸੀ ਨੇ ਇਹਨਾਂ ਸਿਆਸੀ ਭਰਵਾਨਾਂ ਤੋਂ ਕਰਾਏ ਆ, ਕਿਉਂਕਿ
ਬੜੀ ਮਾੜੀ ਆਦਤ ਹੈ ਇਹਨਾਂ ਨੂੰ। ਇਹ ਕਿਸੇ ਪੰਜਾਬ ਦੇ ਹੱਕਾਂ ਜਾਂ ਹਿੱਤਾਂ ਲਈ ਚਿੰਤਤ ਕਿਸੇ ਲੀਡਰ ਕਿਸੇ ਵਿਦਵਾਨ ਨੂੰ ਤਾਂ ਨੇੜੇ ਨਹੀਂ ਲੱਗਣ ਦਿੰਦੇ। ਇਹਨਾਂ ਨੂੰ ਕਿਸੇ ਸਮਝਦਾਰ ਬੰਦੇ ਦੀ ਲੋੜ ਨਹੀਂ ਹੈ। ਪੰਜਾਬ ਦੇ ਵਿੱਚ ਬੜੇ ਹੀ ਗੁਣੀ ਗਿਆਨੀ ਸਮਝਦਾਰ ਬੰਦੇ ਆ। ਪਿੱਛੇ ਜੇ ਤੁਹਾਨੂੰ ਚੇਤੇ ਹੋਣਾ, ਸਰਦਾਰ ਕੁਵੇਦਾਨ ਜੀ ਜਿਹੜੇ ਚੜ੍ਹਾਈ ਕਰ ਗਏ ਆ, ਦਰਿਆਈ ਪਾਣੀਆਂ ਦੇ ਬੜੇ ਮਾਹਿਰ ਸੀ, ਉਹਨਾਂ ਨੇ ਸੁਝਾਅ ਦਿੱਤਾ ਸੀ ਔਰ ਪੂਰਾ ਕੇਸ ਬਣਾ ਕੇ ਬਾਦਲ ਦਲ ਨੂੰ ਦਿੱਤਾ ਸੀ ਕਿ ਆਪਾਂ ਨੂੰ ਕੇਂਦਰ ਤੋਂ, ਹਰਿਆਣੇ ਤੋਂ, ਰਾਜਸਥਾਨ ਤੋਂ ਮੁਆਵਜ਼ਾ ਮੰਗਣਾ ਚਾਹੀਦਾ ਪਾਣੀ ਦਾ, ਆਪਾਂ ਫ੍ਰੀ ਪਾਣੀ ਕਿਉਂ ਦਿੰਦੇ। ਹੁਣ ਹਿਮਾਚਲ ਵਾਲੇ ਤਾਂ ਪਾਣੀਆਂ ਦਾ ਮੁਆਵਜ਼ਾ ਧਰ ਨੂੰ ਫਿਰਦੇ ਆ ਵੀ ਕੱਢੋ ਸਾਡਾ, ਜਿਹਦਾ ਕੋਈ ਹੱਕ ਹੀ ਨਹੀਂ ਬਣਦਾ, ਪਰ ਇਹਨਾਂ 'ਚ ਇੰਨੀ ਜ਼ਰੂਰਤ ਨਹੀਂ ਪਈ। ਕਿਉਂ ਜੇਕਰ ਕੋਈ ਬਿਊਰੋ ਕੇਸ ਨੂੰ ਪੁੱਛਿਆ ਹੋਣਾ ਵਾ ਵੱਡੇ ਬਾਦਲ ਨੇ, ਉਹਨੇ ਕਿਹਾ ਹੋਣਾ ਨਹੀਂ ਜੀ ਛੱਡੋ ਆਪਣਾ ਕੋਈ ਪੰਗਾ ਪੈ ਜੂ। ਸੋ ਜਿਹੜੇ ਲੋਕ ਪੰਗਿਆਂ ਤੋਂ ਡਰਦੇ ਆ ਉਹ ਪੰਜਾਬ ਦੇ ਹਿੱਤਾਂ ਦੀ ਰਾਖੀ ਕਿਵੇਂ ਕਰ ਸਕਦੇ ਆ। ਹੁਣ ਆਪਾਂ ਕਹਿੰਦੇ ਆ ਵੀ ਕਾਂਗਰਸ ਮਾੜੀ, ਭਾਜਪਾ ਮਾੜੀ, ਕਾਮਰੇਡ ਮਾੜੇ, ਚੰਗੇ ਕੌਣ ਆ ਜੀ? ਸਾਡੇ ਅਕਾਲੀ, ਸਾਡੇ ਆਪਦੇ ਨੇ ਜੀ ਅਕਾਲੀ, ਤੇ ਸਭ ਤੋਂ ਭੈੜੀ ਹਾਲਤ ਸਾਡੀ ਅਕਾਲੀ ਦਲ ਨੇ ਕੀਤੀ। ਜਿਹੜਾ 2 ਕਰੋੜ ਦਾ ਚੈੱਕ ਮਨਜ਼ੂਰ ਕੀਤਾ ਸੀ ਉਹ ਵੀ ਇਸੇ ਬਾਦਲ ਦਲ ਨੇ ਕੀਤਾ ਸੀ। ਜਿਹੜੀਆਂ ਨਹਿਰ ਬਣੀਆਂ ਸਾਰੀ ਉਹ ਬਰਨਾਲਾ ਸਰਕਾਰ ਮੌਕੇ ਬਣੀ ਸੀ, ਜਿਹੜੀਆਂ ਬਾਅਦ ਚੋਂ ਪੱਟਦੇ ਫਿਰਦੇ ਸੀ ਤੇ ਚੈੱਕ ਜੇ ਵਾਪਸ ਕਰਦੇ ਫਿਰਦੇ ਸੀ। ਹੁਣ ਸਮੱਸਿਆ ਇਹ ਆ ਕਿ ਬੀਜੇਪੀ ਨੇ ਮਿਥ ਲਿਆ ਵਾ ਕਿ ਪੰਜਾਬੀ ਸੂਬਾ ਬਣਾਉਣ ਦੀ ਜਿਹੜੀ ਭਾਵਨਾ ਸੀ ਉਹ ਖਤਮ ਕਰਨੀ, ਪੰਜਾਬੀ ਬੋਲੀ ਖਤਮ ਕਰਨੀ ਆ, ਸਿੱਖ ਸੱਭਿਆਚਾਰ ਦਾ ਭੋਗ ਪਾਉਣਾ, ਗੁਰਬਾਣੀ ਅਤੇ ਸਿੱਖ ਇਤਿਹਾਸ ਦਾ ਹਿੰਦੂਕਰਨ ਕਰਨਾ, ਪੰਜਾਬ ਦੇ ਦਰਿਆਈ ਪਾਣੀ ਖੋਹ ਕੇ ਪੰਜਾਬ ਨੂੰ ਬੰਜਰ ਬਣਾਉਣਾ, ਪੰਜਾਬ ਤੋਂ ਚੰਡੀਗੜ੍ਹ ਖੋਹ ਕੇ ਹਰਿਆਣੇ, ਹਿਮਾਚਲ ਤੇ ਹੋਰਨਾਂ ਸੂਬਿਆਂ ਨੂੰ ਵੰਡਣਾ, ਪੰਜਾਬੀ ਬੋਲਦੇ ਇਲਾਕੇ ਜਿਹਨਾਂ ਲਈ ਹੁਣ ਤੱਕਰ ਪੰਜਾਬ ਦੇ ਲੋਕ ਐਜੀਟੇਸ਼ਨਾਂ ਕਰਦੇ ਰਹੇ ਆ, ਧਰਮ ਯੁੱਧ ਮੋਰਚੇ ਲਾਉਂਦੇ ਰਹੇ ਆ, ਉਹ ਨਹੀਂ ਦੇਣੇ। ਹਰ ਥਾਂ ਦੇ ਉੱਤੇ ਪੰਜਾਬ ਦਾ ਜਿਹੜਾ ਹੱਕ ਵਾ ਉਹ ਖਤਮ ਕਰਨਾ ਤੇ ਪੰਜਾਬ ਦੀ ਸਿਆਸੀ ਲੀਡਰਸ਼ਿਪ ਨੂੰ ਘੇਰ ਕੇ ਬੀਜੇਪੀ 'ਚ ਸ਼ਾਮਿਲ ਕਰਨਾ ਜਾਂ ਘਰੇ ਬਿਠਾਉਣਾ, ਇਹ ਬੀਜੇਪੀ ਦਾ ਏਜੰਡਾ ਆ। ਤੇ ਇਸ ਏਜੰਡੇ ਦੇ ਵਿੱਚ ਹੈਗਾ ਕਿ ਪੰਜਾਬ ਦੇ ਵਿੱਚ ਹਿੰਦੂ ਮੁੱਖ ਮੰਤਰੀ ਬਣਾਉਣਾ। ਹੁਣ ਹੋਣਾ ਤਾਂ ਇਹ ਚਾਹੀਦਾ ਕਿ ਜੇਕਰ ਕੋਈ ਪਾਰਟੀ ਪੰਜਾਬ ਦੇ ਹੱਕਾਂ ਜਾਂ ਹਿੱਤਾਂ ਦੇ ਉਲਟ ਇੰਨੀ ਬੁਰੀ ਤਰ੍ਹਾਂ ਜਿੱਦ ਫੜੀ ਬੈਠੀ ਹੋਵੇ ਤੇ ਕੋਈ ਗੱਲ ਲੁਕੀ ਛਿਪੀ ਨਾ ਹੋਵੇ, ਉਹਦਾ ਤਾਂ ਪੰਜਾਬ ਦੇ ਵਿੱਚ ਮੈਂਬਰ ਪੰਚਾਇਤ ਵੀ ਨਹੀਂ ਜਿੱਤਣਾ ਚਾਹੀਦਾ। ਪਰ ਆਪਾਂ ਦੇਖ ਚੁੱਕੇ ਹਾਂ ਕਿ ਸਿੱਖਾਂ ਦਾ ਕਤਲੇਆਮ ਕਰਨ ਵਾਲੀ ਕਾਂਗਰਸ ਇੱਥੇ ਆਰਾਮ ਨਾਲ ਸੱਤਾ ਬਣਾ ਹੰਢਾਉਂਦੀ ਰਹੀ ਹੈ। ਇਵੇਂ ਹੀ ਬੀਜੇਪੀ ਦਾ ਸਾਨੂੰ ਡਰ ਲੱਗਦਾ ਵੀ ਕੱਲ੍ਹ ਨੂੰ ਸੱਤਾ 'ਚ ਆ ਸਕਦੀ ਹੈ। ਕਿਵੇਂ ਆ ਸਕਦੀ ਆ? ਆ ਜਿਵੇਂ ਆਮ ਆਦਮੀ ਪਾਰਟੀ ਵਾਲੇ ਆ ਗਏ, ਕਿਸੇ ਨੇ ਸੋਚਿਆ ਸੀ ਵੀ ਇਹ ਆ ਜਾਣਗੇ? 92 ਵਿਧਾਇਕ ਚੱਕੀ ਫਿਰਦੇ ਆ ਤੇ ਹੁਣ 5 ਸਾਲ ਲਹੂ ਪੀਣਗੇ ਲੋਕਾਂ ਨੂੰ। ਲੋਕ ਇਸ ਬਾਦਲ ਦਲ ਤੋਂ ਇੰਨਾ ਸਤੇ, ਇੰਨਾ ਦੁਖੀ ਹੋਏ ਕਿ 1997 'ਚ ਜਿਹੜੇ ਪਹਿਲਾਂ ਹੀ ਮੁੱਠੀਆਂ 'ਚ ਥੁੱਕੀ ਬੈਠੇ ਸੀ ਵੀ ਜੇ ਐਤਕੀ ਵੋਟਾਂ ਪਈਆਂ ਤਾਂ ਆਪਾਂ ਅਕਾਲੀ ਦਲ ਜਿਤਾਉਣਾ ਤੇ ਜਿਤਾਇਆ ਵੀ। ਪਰ 1997 ਤੋਂ 2002 ਤੱਕ ਜੋ ਕਰਤੂਤਾਂ ਬਾਦਲ ਦਲ, ਬਾਦਲ ਪਰਿਵਾਰ ਨੇ ਕੀਤੀਆਂ ਉਹਦਾ ਨਤੀਜਾ ਇਹ ਨਿਕਲਿਆ ਕਿ ਉਹ ਕਾਂਗਰਸ ਜਿਹਨੇ 1984 ਮੌਕੇ ਸਾਡੇ ਤੇ ਏਡਾ ਭਾਰੀ ਜ਼ੁਲਮ ਕੀਤਾ, ਜਿਹਨੇ 92 ਦੇ ਰਾਜ ਵਿੱਚ ਇੰਨਾ ਭਾਰੀ ਉਪੱਧਰ ਕੀਤਾ, ਉਹ ਕਾਂਗਰਸ ਦੁਬਾਰਾ ਸੱਤਾ 'ਚ ਆਈ। ਆ ਪਿਛਲੇ ਦਿਨਾਂ ਦੇ ਵਿੱਚ ਜਾਂ ਅਕਸਰ ਹੀ ਜਿਹੜੇ ਬਾਦਲ ਦਲ ਦੇ ਲੀਡਰ ਨੇ ਉਹ ਚਿੜਦੇ ਆ, ਬੜਾ ਔਖਾ ਬੋਲਦੇ ਆ ਵੀ ਜਿਹੜੇ ਲੋਕ ਸਾਡਾ ਵਿਰੋਧ ਕਰਦੇ ਆ ਉਹ ਕਾਂਗਰਸ ਨਾਲ ਜੁੜੇ ਹੋਏ ਨੇ, ਉਹ ਤਾਂ ਜੀ ਕਾਂਗਰਸੀ ਨੇ, ਕਾਂਗਰਸ ਦੇ ਏਜੰਟ ਨੇ। ਭਾਈ ਕਾਂਗਰਸ ਦੇ ਏਜੰਟ ਹੈਗੇ ਆ ਜਾਂ ਨਹੀਂ ਉਹ ਤਾਂ ਬਾਅਦ ਦੀ ਗੱਲ ਆ, ਪਰ ਤੁਸੀਂ ਇੰਨੀ ਦੁਰਗਤੀ ਕਰਦੇ ਹੋ ਕਿ ਲੋਕ ਕਾਂਗਰਸ ਵੱਲ ਜਾਂਦੇ। 2002 ਵਿੱਚ ਉਹ ਕਾਂਗਰਸ ਸੱਤਾ 'ਚ ਲੈ ਕੇ ਆਉਣ ਲਈ ਬਾਦਲ ਦਲ ਦੇ ਲੀਡਰਾਂ ਦਾ ਉਹ ਕੋਝਾ ਤੇ ਘਿਨਾਉਣਾ ਜਿਹੜਾ ਚਿਹਰਾ ਸੀ ਉਹ ਦੋਸ਼ੀ ਹੈ। ਖੈਰ ਫਿਰ ਬਾਅਦ ਵਿੱਚ 2007 ਤੋਂ ਲੈ ਕੇ 10 ਸਾਲ ਬਾਦਲ ਦਲ ਸੱਤਾ 'ਚ ਰਿਹਾ ਤੇ ਉਦੋਂ ਇਹਨਾਂ ਨੂੰ ਰਾਜ ਭਾਗ ਤਾਂ ਇਹੋ ਜਿਹਾ ਕਰਨਾ ਚਾਹੀਦਾ ਸੀ ਕਿ ਮੁੜ ਕੇ ਪੰਜਾਬ ਦੇ ਵਿੱਚ ਕਿਸੇ ਹੋਰ ਪਾਰਟੀ ਦਾ ਰਾਜ ਆਉਂਦਾ ਹੀ ਨਹੀਂ, ਨੀਲੀ ਪੱਗ ਵਾਲਿਆਂ ਦਾ ਰਾਜ ਰਹਿੰਦਾ, ਸ਼੍ਰੋਮਣੀ ਅਕਾਲੀ ਦਲ ਦਾ ਰਾਜ ਰਹਿੰਦਾ। ਪਰ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਥਾਂ ਤੇ ਜਿਹੜੀ ਪੰਜਾਬੀ ਪਾਰਟੀ ਬਣਾ ਕੇ ਡੇਰਾ ਸਰਸਾ ਤੇ ਸਿੱਖੀ ਦੇ ਦੁਸ਼ਮਣਾਂ ਨੂੰ ਸਾਥ ਸਹਿਯੋਗ ਦੇ ਕੇ ਇੱਥੇ ਇਹੋ ਜਿਹਾ ਮਾਹੌਲ ਬਣਾ ਧਰਿਆ ਕਿ ਬੇਅਦਬੀਆਂ ਤੇ ਸਿੱਖਾਂ ਉੱਤੇ ਜ਼ੁਲਮ, ਸੈਣੀ ਵਰਗੇ ਬੁੱਚੜ DGP ਤੇ ਪੰਜਾਬ ਦੇ ਲੋਕ ਜਿਹੜੇ 2002 ਵਿੱਚ ਕੈਪਟਨ ਨੂੰ ਲੈ ਕੇ ਆਏ ਸੀ, ਫਿਰ ਉਹ ਦੁਬਾਰਾ 2017 ਦੇ ਵਿੱਚ ਕੈਪਟਨ ਨੂੰ ਲੈ ਕੇ ਆਏ, ਕਾਂਗਰਸ ਫਿਰ ਸੱਤਾ 'ਚ ਆਈ। ਹੁਣ ਇਹਨਾਂ ਨੂੰ ਇਹੀ ਲੱਗਦਾ ਸੀ ਵੀ ਫਿਰ ਕੀ ਹੋ ਗਿਆ,
ਜਿਵੇਂ ਪਹਿਲਾਂ ਕਾਂਗਰਸ ਤੋਂ ਬਾਅਦ ਵਿੱਚ ਸਾਡਾ ਹੀ ਨੰਬਰ ਲੱਗਦਾ ਸੀਗਾ, ਹੁਣ ਫੇਰ ਲੱਗ ਜਾਣਾ, ਪਰ ਨਹੀਂ, ਇਸ ਵਾਰੀ ਆਮ ਆਦਮੀ ਪਾਰਟੀ ਆ ਗਈ। ਨਾ ਹੋ ਸਕਦਾ ਲੋਕ ਆਮ ਆਦਮੀ ਪਾਰਟੀ ਤੋਂ ਦੁਖੀ ਹੋ ਕੇ ਬੀਜੇਪੀ ਨੂੰ ਲੈ ਆਉਣ, ਤੇ ਬੀਜੇਪੀ ਦਾ ਏਜੰਡਾ ਸਾਡੇ ਖਿਲਾਫ ਕਿੰਨਾ ਉਹ ਸਾਡੇ ਸਾਹਮਣੇ। ਨਾ ਸੁਖਬੀਰ ਬਾਦਲ ਗਲੋਂ ਲਵੇ, ਆ ਬੀਬੀ ਜਗੀਰ ਕੌਰ ਪਿੱਟਦੀ ਫਿਰਦੀ ਆ, ਉਧਰੋਂ ਢੀਂਡ ਸਿਉਣੀ ਅੱਡ ਕਲਪਦੇ ਫਿਰਦੇ ਆ। ਇਹ ਸਾਰੇ ਦੇ ਸਾਰੇ ਜਦੋਂ ਕਹਿੰਦੇ ਆ ਕਿ ਅਸੀਂ ਜੀ ਬਾਦਲ ਤੋਂ ਅੱਡ ਹੋ ਗਏ, ਬਾਦਲ ਦਲ ਤੋਂ ਪਰਿਵਾਰ ਤੋਂ ਅੱਡ ਹੋ ਗਏ, ਤਾਂ ਲੋਕ ਕਹਿੰਦੇ ਵੀ ਜਦੋਂ ਸਾਡੇ ਜ਼ੁਲਮ ਹੋਇਆ, ਜਦੋਂ ਸਾਡੀਆਂ ਇਸ਼ਟ ਦੀਆਂ ਬੇਅਦਬੀਆਂ ਹੋਈ, ਜਦੋਂ ਸ਼੍ਰੋਮਣੀ ਕਮੇਟੀ ਨੇ ਕਰੋੜ ਰੁਪਇਆ ਖਰਚ ਕੇ ਗੁਰੂ ਦੀ ਗੋਲਕ ਦਾ ਉਹਨਾਂ ਗਲਤ ਫੈਸਲਿਆਂ ਨੂੰ ਜਾਇਜ਼ ਦਰਸਾਇਆ, ਉਦੋਂ ਤੁਸੀਂ ਉਸੇ ਬਾਦਲ ਦਲ ਨਾਲ ਸੀ। ਜਦੋਂ ਇੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਸਲੇ ਉੱਤੇ ਗਿਣਤੀ ਮਿਣਤੀ ਦਾ ਹਿਸਾਬ ਕਿਤਾਬ ਮੰਗਦੇ ਸਿੱਖਾਂ ਨੂੰ ਕਿਤਾਬਾਂ ਚਾੜਿਆ ਦਰਬਾਰ ਸਾਹਿਬ ਦੇ ਵਿੱਚ, ਜਦੋਂ ਆਹ ਟਾਸਕ ਫੋਰਸ ਵਾਲੇ ਗੁਰਸਿੱਖਾਂ ਤੇ ਜ਼ੁਲਮ ਕਰਦੇ ਰਹੇ, ਉਦੋਂ ਇਹ ਸਾਰੇ ਇਕੱਠੇ ਸੀ। ਸੋ ਅੱਜ ਉਹ ਲੋਕ ਜਿਹੜੇ ਸਮਝਦੇ ਆ ਕਿ ਜੇ ਅਸੀਂ ਸੁਖਬੀਰ ਤੋਂ ਪਰਾਂ ਹੋ ਕੇ ਸਿਆਸਤ ਕਰੀਏ, ਪੰਥਕ ਗੱਲਾਂ ਕਰੀਏ, ਇਹ ਸ਼ਾਇਦ ਸਾਡਾ ਬੇੜਾ ਤਰਜੂ। ਨਹੀਂ ਭਾਈ, ਕਹਾਣੀ ਬਹੁਤ ਉਲਝ ਚੁੱਕੀ ਹੈ। ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਭਾਰੀ ਭਿਆਨਕ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ, ਪਰ ਸਾਨੂੰ ਟਿਕਟੋਕ ਦੀਆਂ ਰੀਲਾਂ ਚੰਗੀਆਂ ਲੱਗਣ ਲੱਗੀਆਂ ਹੋਈਆਂ ਨੇ। ਜੇ ਕਿਸੇ ਜੁਝਾਰੂ ਸੂਰਮੇ ਦੀ ਗੱਲ ਕਰੀਏ ਤਾਂ ਸਾਨੂੰ ਮਿਰਚਾਂ ਲੱਗਦੀਆਂ ਨੇ, ਜੇ ਜੂਨ 84 ਦੀ ਗੱਲ ਕਰੀਏ ਤਾਂ ਆਪਾਂ ਕਹਿੰਦੇ ਹਾਂ ਕਿ ਛੇਤੀ ਛੇਤੀ ਨਿਬੜੇ ਕੰਮ, ਹੋਰ ਕੋਈ ਗੱਲ ਸੁਣੀਏ ਤੇ ਗੱਲ ਕਿਹਦੀ ਸੁਣਨ ਨੂੰ ਜੀ ਕਰਦਾ ਜੀ? ਕਿਸੇ ਗਾਉਣ ਗੂਣ ਵਾਲੇ ਦੀ ਗੱਲ ਸੁਣਾ ਦੋ, ਕਿਸੇ ਫਿਲਮੀ ਐਕਟਰ ਦਾ ਕੋਈ ਰੌਲਾ ਗੋਲਾ ਹੋਵੇ, ਕੋਈ ਚੱਟ ਚੱਟ ਪਟੜੀ ਜੀ ਗੱਲ ਹੋਵੇ ਉਹ ਸੁਣਾਓ। ਪਰ ਆਹ ਜਿਹੜੇ ਮਸਲੇ ਆ ਵੀ ਕਿਵੇਂ ਪਾਣੀ ਲੁੱਟੇ ਜਾ ਰਹੇ ਆ, ਕਿਵੇਂ ਬਾਣੀ ਦਾ ਹਿੰਦੂਕਰਨ ਹੋ ਰਿਹਾ, ਹਿੰਦੀਕਰਨ ਹੋ ਰਿਹਾ, ਕਿਵੇਂ ਸਾਡੇ ਬੱਚਿਆਂ ਦਾ ਘਾਣ ਹੋ ਰਿਹਾ, ਤੇ ਇਸ ਲੜਾਈ ਤੋਂ ਕਿੰਨਾ ਕੁ ਬਚ ਸਕਦੇ? ਨਹੀਂ, ਇਹ ਲੜਨੀ ਪੈਣੀ ਆ, ਇਹ ਤੁਹਾਨੂੰ ਜਿੱਲਣਾ ਪੈਣਾ, ਬਹਿਸਣਾ ਪੈਣਾ, ਇਸ ਧਰਤੀ ਦੇ ਹੱਕਾਂ ਹਿੱਤਾਂ ਲਈ ਸਾਹਮਣੇ ਆਉਣਾ ਪੈਣਾ। ਜੇ ਕਹੀਏ ਵੀ ਇੱਥੋਂ ਬਚ ਕੇ ਭੱਜ ਜਾਵਾਂਗੇ ਕੈਨੇਡਾ ਅਮਰੀਕਾ, ਹਾਂ ਉਹ ਜਿਵੇਂ ਗਦਰੀ ਬਾਬੇ ਗਏ ਸੀ ਉਵੇਂ ਜਾ ਸਕਦੇ ਹੋ, ਪਰ ਉੱਥੇ ਕੋਈ ਟੱਕਰੂ ਜ਼ਰੂਰ, ਜਿਵੇਂ ਬਾਬਾ ਸੋਹਣ ਸਿੰਘ ਭਗਣਾ ਲਿਖਦੇ ਆ ਵੀ ਅਸੀਂ ਕੰਮ ਮੰਗਣ ਗਏ ਤਾਂ ਲੱਕੜ ਦੇ ਆਰੇ ਵਾਲਾ ਮਿੱਲ ਵਾਲਾ ਕਹਿੰਦਾ ਵੀ ਭੱਜੋ ਇੱਥੋਂ, ਮੇਰੀ ਇੱਥੇ ਜਿਹੜੀ ਮਿੱਲ ਆ ਇੱਥੇ ਆਜ਼ਾਦ ਬੰਦੇ ਕੰਮ ਕਰ ਸਕਦੇ ਆ, ਤੁਸੀਂ ਤਾਂ ਭੇਡਾਂ ਬੱਕਰੀਆਂ ਵਰਗੇ ਹੋ, 30,000 ਗੋਰਾ ਸਿਰਫ, ਤੇ ਤੁਸੀਂ ਉੱਥੇ ਕਰੋੜਾਂ ਦੀ ਗਿਣਤੀ ਚੋਂ ਤੁਹਾਨੂੰ ਭਾਰਤੀਆਂ ਨੂੰ ਭੇਡਾਂ ਕੋਲ ਡੱਕੇ ਫਿਰਦੇ ਆ ਉਹ। ਤੇ ਉਦੋਂ ਇੱਕ ਅਣਖ ਨੂੰ ਵਿਹਣਾ ਵੱਜਿਆ ਤੇ ਉਹ ਗਦਰੀ ਬਾਬੇ ਪੰਜਾਬ ਦੇ ਵਿੱਚ ਆ ਕੇ ਇੱਥੇ ਲੜੇ। ਤੋ ਇਹ ਜਿਹੜੀ ਪੰਜਾਬ ਦੀ, ਸਾਡੇ ਪੰਥ ਦੀ, ਸਾਡੀ ਧਰਤੀ ਦੀ ਇਹ ਜੰਗ ਵਾ, ਇਹ ਸਾਨੂੰ ਲੜਨੀ ਹੀ ਪੈਣੀ ਆ। ਐਵੇਂ ਆਲੇ ਟੋਲੇ ਜੇ ਨਾ ਕਰਦੇ ਫਿਰੀਏ, ਸਮਝਦਾਰ ਬਣੀਏ, ਸਿਆਣੇ ਬਣੀਏ, ਦੁਨੀਆ ਭਰ ਦੇ ਵਿੱਚ ਲੋਕਾਂ 'ਚ ਆਪਦਾ ਕੇਸ ਰੱਖੀਏ। ਜਿਹੜਾ ਇਹ ਕਿਹਾ ਜਾ ਰਿਹਾ ਕਿ ਜੀ ਖਾੜਕੂ ਬੜੇ ਮਾੜੇ ਸੀ, ਉਹ ਦੱਸੀਏ ਕਿ ਉਹ ਖਾੜਕੂ ਯੋਧੇ ਕਿਉਂ ਇਸ ਪਾਸੇ ਆਏ। ਅੱਜ ਫਿਰ ਦੁਬਾਰਾ ਉਹ ਸਾਰਾ ਕੇਸ ਸਮਝ ਕੇ, ਇੱਥੇ ਬੜੀ ਚੰਗੀ ਕਿਤਾਬ ਆ ਜਿਹੜੀ ਰਾਮ ਨਾਰਾਇਣ ਕੁਮਾਰ ਦੀ ਕਿਤਾਬ ਆ, ਸਿੱਖ ਅਨਰੈਸਟ ਐਂਡ ਦਾ ਇੰਡੀਅਨ ਸਟੇਟ, ਉਹ ਤੋਂ ਸਮਝੋ। ਜਿਹੜਾ ਇੰਡੀਆ ਕਮਿਟਸ ਸੂਸਾਈਡ, ਗੁਰਦਰਸ਼ਨ ਢਿੱਲੋਂ ਦੀ ਕਿਤਾਬ ਆ, ਜਿਹੜਾ SGPC ਦਾ ਵਾਈਟ ਪੇਪਰ ਬਣਿਆ ਸੀ ਅੰਗਰੇਜ਼ੀ 'ਚ ਨੇ ਕਿਤਾਬਾਂ, ਇਵੇਂ ਹੋਰ ਕਈ ਚੰਗੀਆਂ ਪੰਜਾਬੀ 'ਚ ਵੀ ਕਿਤਾਬਾਂ ਆ ਗਈਆਂ ਨੇ। ਇਹ ਸਾਰਾ ਪੜ੍ਹ ਕੇ ਸਮਝ ਕੇ ਸਿਆਣੇ ਬਣੀਏ, ਇੱਕ ਕੇਸ ਬਣਾਈਏ ਜਿਹੜਾ ਅੱਡ ਅੱਡ ਬੋਲੀਆਂ ਦੇ ਵਿੱਚ ਹਰ ਇੱਕ ਮੁਲਕ ਦੇ ਲੋਕਾਂ ਦੇ ਸਾਹਮਣੇ ਰੱਖੀਏ ਕਿ ਸਾਨੂੰ ਕਿਵੇਂ ਸਾਡੀ ਧਰਤੀ ਤੇ ਖਤਮ ਕੀਤਾ ਜਾ ਰਿਹਾ, ਸਾਡੀ ਨਸਲਕੁਸ਼ੀ ਹੋ ਰਹੀ ਹੈ, ਤਾਂ ਕਿ ਆਪਾਂ ਸਾਰੇ ਆਪਣੇ ਹੱਕ ਪ੍ਰਾਪਤ ਕਰ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।